ਨਰਕ ਹਰ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬਿਰਤ ਬਿਰਤ ਪ੍ਰਮਿਆ ਪਰਿਆ ਤੋ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਾਗਤ ਏ ਮਨ ਤੁਜੈ
ਤਰ ਸੁਖ ਦੁਖ ਇਸ ਮਨ ਕੀ ਬਿਰਥਾ ਤੁਝੀ ਆਗੈ ਸਰ ਤੂੰ ਮੇਰੀ ਓਟ ਬਲ ਬੁੱਧ ਧਨ ਤੂੰ ਹੀ ਤੂੰ ਮੇਰਾ ਪਰਿਵਾਰ ਜੋ ਤੁਮ ਕਰੋ ਸੋਈ ਪਰ ਜੋ ਤੁਮ ਕਰੋ ਸੋਈ ਪਰ ਹਮਰੈ ਵੇਖ ਨਾਨਕ ਸੁਖ ਚਿਰ ਨਾਰੈ ਤੂੰ ਮੇਰੇ ਪ੍ਰਾਨ ਉਧਾਰੈ ਗਰਮੀ ਨੂੰ ਪਛਾੜਦੇ ਹੋਏ
ਸਤਸੰਗ 'ਚ ਆਇਆ, ਮੈਂ ਵੀ ਅੰਦਰ ਬੈਠਾ ਸੀ, ਅੰਦਰ ਬੈਠਾ ਹੀ ਬਾਹਰਲੀ ਗਰਮੀ ਮਹਿਸੂਸ ਕਰ ਰਿਹਾ ਸੀ। ਪਰ ਜਦੋਂ ਤੁਹਾਡੇ ਵਿੱਚ ਆ ਕੇ ਤੁਹਾਡੇ ਦਰਸ਼ਨ ਹੋਏ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਗਏ, ਹੁਣ ਪਤਾ ਹੀ ਨਹੀਂ ਵੀ ਮੌਸਮ ਗਰਮ ਹੈ ਕਿ ਠੰਡਾ, ਬਿਲਕੁਲ ਨਹੀਂ ਪਤਾ, ਠੰਡਾ ਲੱਗ ਰਿਹਾ। ਸੋ ਆਪ ਪਿਛਲੇ ਹਫ਼ਤੇ ਵੀ ਇਸੇ ਸ਼ਬਦ ਦੇ ਉੱਤੇ ਆਪਾਂ ਵਿਚਾਰ ਕੀਤੀ ਸੀ, ਇੱਕੋ ਅੱਖਰ 'ਤੇ, ਰੱਬ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ। ਬਹੁਤ ਲੰਮੀ ਚੌੜੀ ਵਿਆਖਿਆ ਸੀ, 2-2.5 ਘੰਟੇ ਦੀ। ਉਹਦੇ ਬਾਅਦ ਰਾਤ ਦੀਵਾਨ ਸੀਗਾ ਉੱਥੇ ਥਰਮਲ ਪਲਾਂਟ 'ਚ, ਉੱਥੇ ਵੀ ਇਹੀ ਸ਼ਬਦ ਅੱਗੇ ਆ ਗਿਆ। ਅਤੇ ਇਹ ਆਧਾਰ ਅੱਖਰ ਖਤਮ ਨਹੀਂ ਹੋ ਰਿਹਾ। ਮਹਾਰਾਜ ਨੇ ਐਸੀ ਬਾਤ ਕਹਿ ਦਿੱਤੀ ਵੀ ਪ੍ਰਾਣਾਂ ਦਾ ਆਧਾਰ ਹੈ ਵਾਹਿਗੁਰੂ। ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਆਧਾਰ ਵੱਖਰੇ ਵੱਖਰੇ ਨੇ। ਉਹ ਆਧਾਰ ਜੇ ਹਟ ਜਾਂਦਾ ਤਾਂ ਆਦਮੀ ਜਿਉਂਦਾ ਨਹੀਂ ਰਿਹਾ ਕਰਦਾ। ਕਿਸੇ ਨੂੰ ਪੈਸੇ ਦਾ ਆਧਾਰ ਹੈ, ਪੈਸਾ ਚਲਿਆ ਜਾਵੇ ਹਲਟ ਫੇਰ ਹੋ ਕੇ ਮਰ ਜਾਂਦਾ, ਕਿਉਂਕਿ ਆਧਾਰ ਜਾਂਦਾ ਰਿਹਾ। ਕਿਸੇ ਨੂੰ ਆਪਣੇ ਬਾਲ ਬੱਚਿਆਂ ਦਾ ਆਧਾਰ ਹੈ, ਕੋਈ ਬੱਚਾ ਚੜ੍ਹਾਈ ਕਰ ਜਾਵੇ, ਪੁੱਛੋ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਸਾਹਮਣੇ ਬੱਚਾ ਚਲਿਆ ਗਿਆ, ਕੋਈ ਸੰਗੀ ਸਾਥੀ ਚਲਿਆ ਗਿਆ, ਹੁਣ ਮੁੜ ਕੇ ਤਾਂ ਉਹ ਆ ਨਹੀਂ ਨਾ ਸਕਦਾ, ਕੋਈ ਤਰੀਕਾ ਹੀ ਨਹੀਂ ਦੁਨੀਆਂ ਦੇ ਅੰਦਰ ਵੀ ਫਿਰ ਉਹ ਹਾਸਲ ਹੋ ਜਾਵੇ। ਉਹ ਐਡਾ ਝਟਕਾ ਲੱਗਦਾ ਕਿ ਕੋਈ ਬੰਦਾ ਹੀ ਹੈ ਜਿਹੜਾ ਉਸ ਝਟਕੇ ਦੇ ਵਿੱਚ ਸਾਬਤ ਰਹਿ ਜਾਵੇ। ਬਹੁਤ ਵੱਡਾ ਝਟਕਾ ਲੱਗਦਾ, ਸਾਰਾ ਸਰੀਰ ਜਿਹੜਾ ਸੋਚਣਾ ਬੰਦ ਹੋ ਜਾਂਦਾ। ਇਹਨੂੰ ਠੀਕ ਕਰ ਜਾ, ਕਲਪਨਾ ਕਰੀ ਜਾ, ਪਹਿਲਾਂ ਠੀਕ ਸੋਚਣਾ ਬੰਦ ਹੋ ਜਾਂਦਾ, ਸਰੀਰ ਕੰਬਣ ਲੱਗ ਜਾਂਦਾ, ਸ਼ਕਤੀ ਜਾਂਦੀ ਰਹਿੰਦੀ ਹੈ ਸਰੀਰ ਦੀ। ਕਿਉਂ? ਆਧਾਰ ਖਤਮ ਹੋ ਗਿਆ। ਆਧਾਰ ਸੋਚਿਆ ਨਹੀਂ ਸੀ ਵੀ ਕਿਸ ਚੀਜ਼ ਨੂੰ ਆਧਾਰ ਬਣਾਵਾਂ। ਜੇ ਤਾਂ ਉਹ ਚੀਜ਼ ਨੂੰ ਆਧਾਰ ਬਣਾ ਲਿਆ ਜਾਵੇ ਜਿਹੜੀ ਕਦੇ ਵੀ ਨਹੀਂ ਜਾਂਦੀ, ਫਿਰ ਤਾਂ ਨਾ ਕਦੇ ਉਹ ਮਰੇ, ਨਾ ਕਦੇ ਵਿਛੋੜਾ ਹੋਵੇ, ਸਦਾ ਆਧਾਰ ਦੇ ਆਸਰੇ ਅਸੀਂ ਜਿਉਂਦੇ ਹਾਂ। ਵੱਖਰੇ ਵੱਖਰੇ ਆਧਾਰ ਨੇ, ਨੌਕਰੀ ਚਲੀ ਗਈ, ਗਾਹਾਂ ਮਿਲ ਨਹੀਂ ਰਹੀ, ਆਧਾਰ ਜਾਂਦਾ ਰਿਹਾ। ਪਰ ਗੁਰੂ ਮਹਾਰਾਜ ਜੀ ਇੱਥੇ ਫਰਮਾਨ ਕਰਦੇ ਆ, ਹੇ ਪ੍ਰਭੂ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਮੈਂ ਜਿਉਂਦਾ ਨਹੀਂ ਰਹਿ ਸਕਦਾ ਤੇਰੇ ਬਗੈਰ। ਕਿਉਂਕਿ ਆਧਾਰ ਹੋ ਗਿਆ ਸਾਡੇ ਸਰੀਰ ਦਾ, ਆਧਾਰ ਖਾਣਾ ਪੀਣਾ ਹੈ, ਰੋਟੀ ਹੈ। ਉਹ ਭੁੱਖੇ ਰਹਿ ਗਏ, ਪਾਣੀ ਨਾ ਪੀਤਾ, ਆਧਾਰ ਖਤਮ ਹੋ ਗਿਆ, ਚੜ੍ਹਾਈ ਕਰ ਜਾਵਾਂਗੇ। ਮਹਾਰਾਜ ਕਹਿੰਦੇ ਜੀ ਪ੍ਰਾਣਾਂ ਦਾ ਆਧਾਰ ਵਾਹਿਗੁਰੂ ਹੈ, ਉਹ ਜਿਉਂਦਾ ਹੈ ਬੰਦਾ, ਬਾਕੀ ਕੀ ਨੇ? ਕਹਿੰਦੇ ਬਾਕੀ ਸਭ ਮਰੇ ਹੋਏ। ਦੋ ਤਰ੍ਹਾਂ ਦੇ ਮੁਰਦੇ ਹੋਇਆ ਕਰਦੇ ਆ ਸਾਧ ਸਿੰਘ। ਇੱਕ ਮੁਰਦਾ ਤਾਂ ਉਹ ਹੁੰਦਾ ਹੈ ਜਿਹਦੇ ਵਿੱਚੋਂ ਚੇਤਨ ਕਲਾ ਨਿਕਲ ਜਾਂਦੀ ਹੈ, ਪੰਜਾਂ ਤੱਤਾਂ ਦਾ ਸਰੀਰ ਬਣਿਆ ਬਣਾਇਆ ਉਹ ਅਜਿਹਾ ਹੀ, ਬਗੈਰ ਕਿਸੇ ਬਿਮਾਰੀ ਤੋਂ, ਬਗੈਰ ਕਿਸੇ ਬਾਤ ਤੋਂ ਉਵੇਂ ਪਿਆ, ਲੇਕਿਨ ਨਾ ਹਿੱਲ ਸਕੇ, ਨਾ ਤੁਰ ਸਕੇ, ਨਾ ਕੋਈ ਗੱਲ ਬੋਲ ਸਕੇ, ਨਾ ਸਮਝਾ ਸਕੇ, ਕਿਉਂਕਿ ਉਹਦੇ ਵਿੱਚੋਂ ਜਿਹੜੀ ਚੇਤਨ ਕਲਾ ਸੀ ਨਿਕਲ ਗਈ, ਉਹ ਮੁਰਦਿਆਂ ਵਿੱਚ ਸ਼ਾਮਿਲ ਹੋ ਗਿਆ।
ਦੂਸਰਾ ਉਹ ਹੋਇਆ ਕਰਦਾ ਜਿਹਦੇ ਪੰਜ ਤੱਤ ਤਾਂ ਕਾਇਮ ਹੁੰਦੇ ਨੇ, ਹੱਥ ਵੀ ਉਵੇਂ ਕਾਇਮ ਨੇ, ਪੈਰ ਵੀ ਉਵੇਂ ਹੈ, ਦਿਮਾਗ ਵੀ ਉਵੇਂ ਚੱਲਦਾ ਹੈ, ਪਰ ਉਹਦੇ ਵਿੱਚ ਕਰੰਟ ਨਹੀਂ ਆਈ। ਇਹ ਗੱਲ ਨੂੰ ਸਮਝੋ ਠੀਕ ਤਰ੍ਹਾਂ ਨਾਲ। ਦੁਕਾਨ 'ਤੇ ਜਾਂਦੇ ਹੋ, ਮਕੈਨਿਕ ਨੇ ਕਹਿ ਦਿੱਤਾ ਕਿ ਬੈਟਰੀ ਤੁਹਾਡੀ ਖਤਮ ਹੋ ਗਈ, ਇਹਦੀ ਦੁਬਾਰਾ ਮੁਰੰਮਤ ਨਹੀਂ ਹੋ ਸਕਦੀ, ਤੁਸੀਂ ਨਵੀਂ ਬੈਟਰੀ ਲੈ ਲਓ। ਬੈਟਰੀਆਂ ਵਾਲੇ ਦੇ ਕੋਲ ਗਏ, ਜਾ ਕੇ ਅਸੀਂ ਕਹਿੰਦੇ ਸਾਨੂੰ ਬੈਟਰੀ ਦੇ ਦਿਉ, ਕਾਲੀ ਸੀ ਸਾਨੂੰ ਬੈਟਰੀ ਲੈਣ ਦੀ, ਅਸੀਂ ਉਹਦੀ ਦੁਕਾਨ 'ਤੇ ਪੇਮੈਂਟ ਕਰੀ, ਬੈਟਰੀ ਲੈ ਲਈ, ਲੈ ਕੇ ਕਾਰ ਵਿੱਚ ਰੱਖ ਲਈ। ਹੁਣ ਸੁੱਚ ਲੱਭਦੇ ਹਾਂ ਬੈਟਰੀ ਕੋਈ ਕੰਮੇ ਨਹੀਂ ਕਰ ਰਹੀ। ਦੁਬਾਰਾ ਫਿਰ ਗਏ ਕਿ ਪਿਆਰਿਆਂ ਤੇਰੀ ਬੈਟਰੀ ਤਾਂ ਕੋਈ ਕੰਮ ਨਹੀਂ ਕਰ ਰਹੀ। ਕਹਿੰਦਾ ਉਹ ਤਾਂ ਡੈੱਡ ਹੈ। ਸੀਗਾ ਡੈੱਡ ਹੈ, ਉਹ ਤਾਂ ਨਵੀਂ ਨਕੋਰ ਹੈ। ਕਹਿੰਦੇ ਨਵੀਂ ਨਕੋਰ ਤਾਂ ਹੈ ਪਰ ਉਹਦੇ 'ਚ ਕਰੰਟ ਨਹੀਂ ਹੈ, ਕਰੰਟ ਨਾ ਹੋਣ ਕਰਕੇ ਉਹ ਡੈੱਡ ਹੈ। ਜਦ ਤੱਕ ਉਹ ਚਾਰਜ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਬੈਟਰੀ ਨੇ ਕੰਮ ਨਹੀਂ ਕਰਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬੋਡੀ ਹੈ, ਪੰਜ ਤੱਤ ਵੀ ਹੈਗੇ, ਅੱਖਾਂ 25 ਪ੍ਰਕਿਰਤੀਆਂ ਦੀਆਂ ਬਣੀਆਂ ਹੋਈਆਂ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਵੀ ਅੰਦਰ ਉਵੇਂ ਜਿਵੇਂ ਨੇ, ਮਨ ਵੀ ਹੈ, ਬੁੱਧੀ ਵੀ ਹੈ, ਚਿੱਤ ਵੀ ਹੈ, ਮੈਂ ਭਾਵ ਵੀ ਹੈ, ਸਭ ਕੁਛ ਹੈ, ਮੇਰਾ ਵੀ ਪੂਰਾ ਕਾਇਮ ਹੈ, ਮੇਰੇ ਘਰ, ਮੇਰੇ ਵਾਰ, ਮੇਰੇ ਪੁੱਤਰ, ਮੇਰੀਆਂ ਧੀਆਂ, ਸਭ ਕੁਛ ਹੈਗਾ। ਪਰ ਕਹਿੰਦੇ ਉਹ ਜੇ ਕਰੰਟ ਨਹੀਂ ਨਾ ਉਹਦੇ 'ਚ ਗਈ ਤਾਂ ਉਹ ਮੁਰਦਾ ਹੋਇਆ ਕਰਦਾ। ਦੋ ਤਰ੍ਹਾਂ ਦੇ ਮੁਰਦੇ ਗੁਰਬਾਣੀ 'ਚ ਮੰਨੇ ਨੇ। ਕਹਿੰਦੇ ਜੀ ਉਹ ਤਾਂ ਸਭ ਤੋਂ ਧਨੀ ਹੈ, ਸਭ ਤੋਂ ਖੂਬਸੂਰਤ ਹੈ, ਬੁਲਾਰਾ ਬਹੁਤ ਜ਼ਬਰਦਸਤ ਹੈ, ਕਹਿੰਦੇ ਹੈਗਾ ਸਭ ਕੁਛ, ਲੇਕਿਨ ਮੁਰਦਾ ਹੈ, ਉਹ ਮਰਿਆ ਹੋਇਆ ਹੈ, ਮਰਿਆ ਹੋਇਆ। ਦੂਜਾ ਜਿਹੜਾ ਚੇਤਨ ਕਲਾ ਵਾਲਾ ਹੈ ਉਹ ਤਾਂ ਗਲ ਜਾਂਦਾ ਸਰੀਰ, ਪਰ ਇਹ ਹਰ ਵਕਤ ਹੀ ਗਲਿਆ ਰਹਿੰਦਾ, ਇਹ ਮੁਰਦਾ ਹੈ ਪਿਆਰਿਓ, ਮਰਿਆ ਹੋਇਆ ਜੀਵਨ ਬਤੀਤ ਕਰ ਰਿਹਾ। ਮਸ਼ੀਨ ਜਿਹੜੀ ਹੈ ਸਾਡੀ ਕਾਰ ਹੈ, ਇਹ ਪੈਟਰੋਲ ਵੀ ਲੈ ਰਹੀ ਹੈ, ਡੀਜ਼ਲ ਵੀ ਇਹਦੇ ਉਦੂਗਾ ਵੀ ਪੈਂਦਾ, ਮੋਲ ਆਇਲ ਵੀ, ਬੈਟਰੀ ਦੀ ਕਰੰਟ ਵੀ ਇਹਦੇ 'ਚ ਜਾ ਰਹੀ ਹੈ, ਲਾਈਟਾਂ ਵੀ ਨੇ, ਸਭ ਕੁਛ ਨੇ, ਲੇਕਿਨ ਡੈੱਡ ਹੈ ਇਹ, ਕਿਉਂਕਿ ਉਹ ਸੂਝ ਨਹੀਂ ਹੈ ਇਹਦੇ ਵਿੱਚ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹਦੇ ਅੰਦਰ ਰੂਹਾਨੀ ਰੌ ਰੌਕੀ ਦੀ ਨਾ ਹੈ, ਉਹ ਜੀਵਨ ਮੁਰਦਾ ਹੈ। ਕਹਿੰਦੇ ਸੋਹਣਾ ਹੈ, ਕਹਿੰਦੇ ਹੋਵੇ, ਉਹ ਸੋਹਣਾ ਤਾਂ ਇੱਕ ਪਾਸੇ ਛੱਡੋ, ਜੇ ਪੰਜ ਕੁਆਲਿਟੀਜ਼ ਐਕਸਟ੍ਰੀਮ ਤੱਕ ਇੱਕ ਬੰਦੇ ਵਿੱਚ ਹੋਣ, ਅਤ ਸੁੰਦਰ, ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ, ਮੂੰਹ ਦਾ ਗਿਆਨੀ ਹੋਵੇ, ਕਿਸੇ ਨੂੰ ਬਾਰੇ ਨਾ ਆਉਣ ਦੇਵੇ, ਧਨ ਇੰਨਾ ਹੋਵੇ ਐਕਸਟ੍ਰੀਮ ਦਾ ਕਿ ਸਾਰੀ ਵਰਲਡ ਦੇ ਵਿੱਚੋਂ ਗਿਣ ਲਿਆ ਜਾਵੇ ਵੀ ਨੰਬਰ 1 ਬਿਲੀਨੀਅਰ ਜਿਹੜਾ ਬੰਦਾ ਹੈ ਉਹ ਇਹ ਫਲਾਣਾ ਹੈ, ਫਲਾਣੇ ਦੇਸ਼ ਵਿੱਚ ਰਹਿੰਦਾ। ਵਰਲਡ ਦੀ ਜੋ ਬਿਊਟੀ ਹੈ ਵੀ ਉਹ ਫਲਾਣੇ ਦੇ ਵਿੱਚ ਹੈ, ਉਹ ਵੀ ਹੋਵੇ, ਕੁਲੀਨ ਵੀ ਹੋਵੇ, ਕੁਲਦ ਵੀ ਵੱਡੀ ਹੋਵੇ, ਚਤਰ ਵੀ ਹੋਵੇ, ਸਭ ਕੁਛ ਉਹਦੇ ਕੋਲ ਹੈ। ਪਰ ਮਹਾਰਾਜ ਕਹਿੰਦੇ ਜੇ ਉਹਦੇ ਅੰਦਰ ਰੌ ਪਿਆਰ ਦੀ ਨਹੀਂ ਰੋਕਦੀ, ਜੇ ਉਹ ਦੁਨੀਆਂ ਦੇ ਮਾਲਕ ਦੇ ਨਾਲ ਨਹੀਂ ਜੁੜਿਆ ਹੋਇਆ, ਉਹਦੇ 'ਚ ਕਰੰਟ ਪ੍ਰਵੇਸ਼ ਨਹੀਂ ਕਰਦੀ, ਇਹ ਡੈੱਡ ਚੀਜ਼ਾਂ ਦੀ ਜਿਹੜੀ ਕਰੰਟ ਹੈ ਇਹ ਡੈੱਡ ਹੀ ਹੋਇਆ ਕਰਦੀ ਹੈ, ਇਹ ਮਨ ਦੇ ਵਿੱਚ ਕੋਈ ਸ਼ਾਂਤੀ ਅਤੇ ਖੇੜਾ ਨਹੀਂ ਦੇ ਸਕਿਆ ਕਰਦੀ, ਕਿਉਂਕਿ ਇਹ ਖੁਦ ਡੈੱਡ ਹੈ, ਮੁਰਦੀ ਚੀਜ਼ ਕੋਈ ਲਾਭ ਨਹੀਂ ਪਹੁੰਚਾ ਸਕਿਆ ਕਰਦੀ। ਅਤ ਸੁੰਦਰ, ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ।
ਪ੍ਰੀਤ ਤੋਂ ਹੀਣਾ ਜਿਹੜਾ ਬੰਦਾ ਹੈ, ਜਿਸਦੇ ਅੰਦਰ ਪਿਆਰ ਦੀ ਰੌ ਨਹੀਂ ਰੌਂਕਦੀ, ਉਹ ਕਹਿੰਦੇ ਉਹ ਤਾਂ ਮਰਿਆ ਹੋਇਆ ਬੰਦਾ ਹੈ, ਉਹ ਕੈਮੀਕਲ ਲਾਈਫ ਜਿਉਂ ਰਿਹਾ, ਜਿਉਂਦਾ ਤਨ ਦਾ ਕੋਈ ਪਤਾ ਨਹੀਂ ਕਿੰਨਾ, ਗੱਲਾਂ ਬਾਤਾਂ ਦੇ ਵਿੱਚ ਬੜਾ ਬੁਲਾਰਾ ਬਣਿਆ ਹੋਇਆ, ਬੁੱਧੀਜੀਵੀ ਤੋਂ ਵੀ ਉੱਤੇ ਕੁਛ ਹੋਰ ਦਰਜਾ ਹੈਗਾ ਤਾਂ ਉਹ ਵੀ ਉਹ ਕਹਾਉਂਦਾ। ਸਾਰਾ ਸੰਸਾਰ ਉਹਦੀ ਹਸਤੀ ਦਾ ਆਦਰ ਕਰਦਾ, ਜਿੱਥੇ ਵੀ ਜਾਂਦਾ ਚੂਨਾ ਦੇ ਚੂਨ, ਬੇਅੰਤ ਬੰਦੇ ਉਹਨੂੰ ਲੈਣ ਵਾਸਤੇ, ਫੁੱਲ ਵਰਸਾਉਣ ਵਾਸਤੇ ਕੈਮਰੇ ਆ ਜਾਂਦੇ ਨੇ, ਲੈ ਕੇ ਫਿਲਮਾਂ ਲੈ ਰਹੇ। ਮਹਾਰਾਜ ਕਹਿੰਦੇ ਕੀ ਹੈ, ਕੁਛ ਵੀ ਨਹੀਂ ਹੈ, ਇਹਦੀ ਕੋਈ ਮਹੱਤਤਾ ਨਹੀਂ ਹੈ, ਕਿਉਂਕਿ ਮੁਰਦਾ ਤੁਰਿਆ ਫਿਰਦਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲਾ ਸਭ ਕੋਈ, ਚੰਗਾ ਨਾਂ ਰਖਾਇ ਕਹਿ ਜਸ ਕੀਰਤ ਜਗਲ। ਦਸ ਯੁੱਗਾਂ ਦੀ ਉਮਰ ਹੋ ਜਾਏ, ਚਾਰ ਯੁੱਗਾਂ ਦੀ, ਚਾਰ 43,20,000 ਸਾਲ ਦੀ ਉਮਰ ਹੋਵੇ, ਉਹ ਤੋਂ ਵੀ 10,00,000 ਹੋ ਜਾਏ, 4,32,00,000 ਸਾਲ। ਪਰ ਕਹਿੰਦੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ, ਕਿ ਜੇ ਪਰਮੇਸ਼ੁਰ ਦੀ ਨਿਗਾਹ 'ਚੋਂ ਨਹੀਂ ਆਇਆ, ਉਹ ਕੁਛ ਵੀ ਨਹੀਂ ਹੈ, ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸਤ, ਇਹ ਕੀੜਿਆਂ ਦਾ ਕੀੜਾ ਹੈ। ਸੋ ਬੜਾ ਮਹਾਰਾਜ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਸਾਡੇ ਤਾਂ ਸਮਝ 'ਚ ਨਹੀਂ ਆਉਂਦਾ ਅਸੀਂ ਮੁਰਦਾ ਜੀਵਨ ਬਤੀਤ ਕਰ ਰਹੇ। ਉਹ ਕਿਉਂ ਕਰ ਰਹੇ ਹਾਂ, ਕਿਉਂਕਿ ਮੁਰਦੀਆਂ ਚੀਜ਼ਾਂ ਸਾਡੇ ਪ੍ਰਾਣਾਂ ਦਾ ਆਧਾਰ ਨੇ, ਕਿਸੇ ਨੂੰ ਸੋਭਾ ਦਾ ਆਧਾਰ ਹੈ, ਆਪਣੀ ਉਪਮਾ ਦਾ ਆਧਾਰ ਹੈ, ਲੋਕ ਮੈਨੂੰ ਚੰਗਾ ਕਹਿੰਦੇ ਆ ਇਹ ਆਧਾਰ ਹੈ, ਮਾੜਾ ਕਹਿਣ ਲੱਗ ਜਾਣ ਜਾਨ ਨਿਕਲ ਜਾਂਦੀ ਹੈ, ਦੌੜਿਆ ਹੀ ਫਿਰਦਾ ਵੀ ਹੁਣ ਮੈਂ ਕੀ ਕਰਾਂ, ਕੋਈ ਪ੍ਰੋਬਲਮ ਆ ਜਾਵੇ ਦੌੜਿਆ ਹੀ ਫਿਰਦਾ, ਸੁਰਤ ਮਾਰੀ ਜਾਂਦੀ ਹੈ। ਕਿਉਂ ਆਧਾਰ ਸੀ ਉਹਨਾਂ ਚੀਜ਼ਾਂ ਦਾ, ਪਰ ਇਹਦੇ ਵਿਪਰੀਤ ਜੇ ਨਾਮ ਦਾ ਆਧਾਰ, ਵਾਹਿਗੁਰੂ ਦੇ ਪਿਆਰ ਦਾ ਆਧਾਰ ਹੋਵੇ ਸਾਧ ਸਿੰਘ ਜੀ, ਫਿਰ ਉਹ ਜਿਉਂਦਿਆਂ ਵਿੱਚ ਹੋਇਆ ਕਰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ। ਕਹਿੰਦੇ ਜੀ ਉਹ ਜਿਉਂਦੇ ਨੇ, ਕਹਿੰਦੇ ਜੋ ਜੀਵੈ ਪਤ ਲੱਥੀ ਜਾਏ, ਉਹਦੀ ਪਤ ਹਰ ਛਿਨ ਲੈ ਰਹੀ ਹੈ, ਕਿਉਂਕਿ ਉਹ ਨਾਮ ਤੋਂ ਬਿਨਾਂ ਬਿਨ ਆਵੇ ਪਤ ਗਿਆ ਗਵਾਏ, ਸਭ ਹਰਾਮ ਜੇਤਾ ਕੁਛ ਖਾਏ। ਜਿਵੇਂ ਜੂਠ ਕੁੱਤਿਆਂ ਦੇ ਅੱਗੇ ਹੁੰਦੀ ਹੈ, ਕਹਿੰਦਾ ਉਹ ਜੂਠ ਖਾ ਰਿਹਾ, ਕਿਉਂਕਿ ਉਹਦੇ ਅੰਦਰ ਨਾਮ ਦੀ ਕਰੰਟ ਨਹੀਂ ਚੱਲੀ, ਆਦਮੀ ਤਾਂ ਹੋ ਗਿਆ, ਕਰੰਟ ਹੈ ਉਹ ਜੀਵਨ ਕਰੰਟ ਹਰੇਕ ਦੇ ਅੰਦਰ ਹੈ ਸਾਧ ਸਿੰਘ, ਲੇਕਿਨ ਉਹ ਪਾਸਾ ਅਸੀਂ ਡਿਵੈਲਪ ਨਹੀਂ ਕਰਿਆ, ਐਕਸਪਲੋਰ ਨਹੀਂ ਕਰਿਆ। ਜਿਹੜੇ ਬੰਦਗੀ ਕਰਦੇ ਨੇ, ਤਰੀਕਾ ਹੈ ਉਸਦਾ ਵੀ ਅਸੀਂ ਅੰਦਰ ਜਿਉਂਦਾਪਣ ਕਿਵੇਂ ਲਿਆ ਸਕਦੇ ਹਾਂ, ਸਾਡੇ ਪ੍ਰਾਣਾਂ ਦਾ ਆਧਾਰ ਵਾਹਿਗੁਰੂ ਦਾ ਨਾਮ ਕਿਵੇਂ ਹੋ ਸਕਦਾ, ਵਾਹਿਗੁਰੂ ਦਾ ਪਿਆਰ ਕਿਵੇਂ ਹੋ ਸਕਦਾ, ਵਾਹਿਗੁਰੂ ਜੀ ਸਾਡੇ ਪ੍ਰਾਣਾਂ ਦਾ ਆਧਾਰ ਕਿਵੇਂ ਹੋ ਸਕਦੇ ਨੇ, ਉਹਦੇ ਬਾਅਦ ਹੀ ਇਹ ਸਤਸੰਗ ਸਮਝ ਲਓ ਵੀ 81 ਤੋਂ ਇੱਥੇ ਸ਼ੁਰੂ ਹੋ ਗਿਆ, 80 ਤੋਂ ਮੈਂ ਆਇਆ, 83 'ਚ ਇੱਥੋਂ, 83 ਤੋਂ ਇੱਥੇ, ਐਸੇ ਥਾਂ ਹੋ ਰਿਹਾ 17 ਸਾਲ ਲਗਾਤਾਰ ਹੋ ਗਏ ਇੱਕੋ ਗੱਲ ਦੇ ਉੱਤੇ ਬੋਲਦਿਆਂ ਨੂੰ। 700 ਫਿਲਮਾਂ ਬਣ ਚੁੱਕੀਆਂ ਨੇ, ਗੱਲ ਉਹੀ ਹੈ, ਲੇਕਿਨ ਖਿਆਲ ਵੱਖਰੇ ਨੇ, ਵੱਖਰੇ ਤਰੀਕੇ ਨਾਲ ਮਹਾਰਾਜ ਨੇ ਵੱਖਰੀ ਬਾਤ ਕਹੀ ਹੈ, ਆਹੀ ਇੱਕੋ ਗੱਲ ਚੱਲਦੀ। ਨਤੀਜਾ ਕੀ ਹੋਇਆ, ਤੁਹਾਡੇ ਵਿੱਚੋਂ ਹਜ਼ਾਰਾਂ ਐਸੇ ਪ੍ਰਾਣੀ ਨੇ ਜਿਹੜੇ ਜਿਉਂਦਿਆਂ ਦੇ ਰਾਹ 'ਤੇ ਚੱਲ ਪਏ, ਜਿਨ੍ਹਾਂ ਨੂੰ ਪਤਾ ਲੱਗ ਗਿਆ
ਕਿ ਜੇ ਜੀਵਨ ਕੀ ਹੁੰਦਾ ਅਤੇ ਮੌਤ ਕੀ ਹੁੰਦਾ। ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਅੱਖਾਂ ਜੀਵਾਂ ਵਿਸਰੈ ਮਰ ਜਾਓ, ਵਿਸਰਨ ਦੇ ਨਾਲ ਮੌਤ ਹੋ ਜਾਇਆ ਕਰਦੀ ਹੈ। ਰੂਹਾਨੀ ਤੌਰ 'ਤੇ ਆਦਮੀ ਜਿਉਂਦਾ ਨਹੀਂ ਰਹਿੰਦਾ, ਉਹ ਵਾਹਿਗੁਰੂ ਇੱਕ ਲਗਾਤਾਰ ਜੀਵਨ ਹੈ, ਸਾਡੇ ਅੰਦਰ ਉਹਦਾ ਪ੍ਰਕਾਸ਼ ਹੈ, ਲੇਕਿਨ ਅਸੀਂ ਉਹ ਮੁਕਾਮ ਖੋਲ੍ਹਿਆ ਹੀ ਨਹੀਂ ਜਿੱਥੇ ਲਾਈਫ ਸੁਪਰ ਲਾਈਫ ਜਿੱਥੇ ਨਿਵਾਸ ਰੱਖਦੀ ਹੈ। ਉਹ ਰਹਿੰਦੀ ਕਿੱਥੇ ਹੈ? ਹਿਊਮਨ ਬੋਡੀ 'ਚ ਰਹਿ ਰਹੀ ਹੈ। ਗੁਰੂ ਮਹਾਰਾਜ ਨੇ ਬੜਾ ਸੰਕੇਤਕ ਰਸਤਾ ਦੱਸਿਆ, ਲੇਕਿਨ ਉਹ ਇੰਨਾ ਹੀ ਨਹੀਂ ਹੈ ਵੀ ਚਾਰ ਲਾਈਨਾਂ ਦੇ ਵਿੱਚ ਇਹ ਸਾਰੀ ਗੱਲ ਆ ਜਾਏਗੀ। ਆ ਜਿਹੜਾ ਲਿਖਦੇ ਹਾਂ ਨਾ ਆਪਾਂ, ਅਗਾਮਾ ਗੋਚਰ ਦਾ ਰਾਹ, ਇਹ ਮੈਂ ਲਿਖਣਾ ਸ਼ੁਰੂ ਕਰ ਲਿਆ ਜਿਹੜਾ ਮੈਂ ਹੁਣ ਬੋਲਣ ਲੱਗਿਆ। ਉਹ ਕਿੰਨਾ ਹੀ ਲਿਖ ਕੇ ਸਫ਼ੇ ਬੇਅੰਤ ਲਿਖ ਕੇ ਮੈਂ ਕਿਹਾ ਇਹ ਤਾਂ ਮੁੱਕਣਾ ਹੀ ਨਹੀਂ ਹੈ, ਇਹ ਤਾਂ ਗੱਲੇ ਬਹੁਤ ਬੜੀ ਛੇੜ ਲਈ। ਉਹ ਕੀ ਸੀ ਵੀ ਉਹ ਰਹਿੰਦਾ ਕਿੱਥੇ ਹੈ? ਕਹਿੰਦੇ ਹੈਗਾ ਤੁਹਾਡੇ ਅੰਦਰ ਰਹਿੰਦਾ। ਕਹਿੰਦੇ ਮਹਾਰਾਜ ਕੋਈ ਸੋਝੀ ਤਾਂ ਦਿਓ, ਅੰਦਰ ਤਾਂ ਬਹੁਤ ਕੁਛ ਹੈ, ਨਿੰਦਿਆ ਵੀ ਰਹਿੰਦੀ ਹੈ, ਚੁਗਲੀ ਵੀ ਰਹਿੰਦੀ ਹੈ, ਈਰਖਾ ਵੀ ਰਹਿੰਦੀ ਹੈ, ਝੂਠ ਵੀ ਰਹਿੰਦਾ, ਛਲ ਵੀ ਰਹਿੰਦਾ, ਕਪਟ ਵੀ ਰਹਿੰਦਾ, ਕਾਮ ਵੀ ਰਹਿੰਦਾ, ਕ੍ਰੋਧ ਵੀ ਰਹਿੰਦਾ। ਇੱਕ ਦਿਨ ਮੈਂ ਗਿਣੇ ਸੀ 300 ਦੇ ਕਰੀਬ ਹੋਏ ਸੀ ਜਿਹੜੇ ਆ ਸਰੀਰ 'ਚ ਰਹਿੰਦੇ ਨੇ। ਸਾਨੂੰ ਤਾਂ ਨਹੀਂ ਨਾ ਪਤਾ ਵੀ ਇੰਨੀਆਂ ਫੌਜਾਂ ਦੀਆਂ ਫੌਜਾਂ ਸਾਡੇ ਅੰਦਰ ਰਹਿੰਦੀਆਂ। ਇੱਕ ਵਾਰੀ ਮਨਮਵਾਸੀ ਰਾਜਾ ਲਿਖਿਆ ਸੀ, ਉਹਦੇ 'ਚ ਬੜੇ ਵਿਸਥਾਰ ਨਾਲ ਲਿਖਿਆ ਸੀ ਰਾਜੇ ਪਾਰਸਨਾਥ ਦੀ ਜੀਵਨ ਵਿੱਚ ਆਉਂਦੀ ਹੈ ਗੱਲ, ਬਈ ਕਿੰਨਾ ਕੂੜ ਕਵਾੜ ਸਾਡੇ ਅੰਦਰ ਔਰ ਕਿਹੋ ਜਿਹੇ ਖਤਰਨਾਕ ਨੇ ਜਿਹੜੇ ਇਸ ਸਰੀਰ ਦੇ ਅੰਦਰ ਨੇ। ਦੂਆ ਪਾਸਾ ਵੀ ਰਹਿੰਦਾ, ਲੇਕਿਨ ਉਹ ਸੁਰੱਖਿਅਤ ਹੈ, ਵਾਹਿਗੁਰੂ ਜੀ ਦੀ ਉਹਦੇ ਉੱਤੇ ਦਇਆ ਹੋਈ ਹੋਈ ਹੈ। ਉਹ ਜਿੱਥੇ ਰਹਿੰਦੇ ਨੇ ਉੱਥੇ ਵਜਰ ਕਪਾਟ ਲੱਗੇ ਹੋਏ, ਬਹੁਤ ਸਖ਼ਤ ਕਿਸਮ ਦੇ ਦਰਵਾਜ਼ੇ ਨੇ। ਮਹਾਰਾਜ ਕਹਿੰਦੇ ਕਾਇਆ ਨਗਰ ਨਗਰ ਗੜ ਅੰਦਰ, ਆਹ ਜਿਹੜਾ ਕਾਇਆ ਦਾ ਨਗਰ ਹੈ ਇਸ ਕਿਲੇ ਦੇ ਅੰਦਰ, ਸਾਚਾ ਵਾਸਾ ਪੁਰਗਾ ਦੇ ਅੰਦਰ, ਸੱਚਾ ਵਾਹਿਗੁਰੂ ਜਿਹੜਾ ਉਹ ਇਸ ਦੇ ਗਗਨ ਦੇ ਅੰਦਰ ਵੱਸਦਾ। ਗਗਨ ਸਭ ਤੋਂ ਉੱਪਰ ਜਿਵੇਂ ਆਕਾਸ਼ ਹੈ, ਦੋ ਆਕਾਸ਼ ਨੇ ਸਾਡੇ ਅੰਦਰ, ਇੱਕ ਤਾਂ ਹਿਰਦਾ ਆਕਾਸ਼ ਕਹਿੰਦੇ ਨੇ, ਇੱਕ ਬਾਡੀ ਦਾ ਹਿਰਦਾ, ਉਹਦੇ ਵਿੱਚ ਵੀ ਆਕਾਸ਼ ਹੈ। ਸੂਖਸ਼ਮ ਜਿਹੜਾ ਹਿਰਦਾ ਹੈ ਉਹ ਵੀ ਆਕਾਸ਼, ਦੋ ਅੱਖਾਂ ਅਤੇ ਜਿੱਥੇ ਨੱਕ ਦੀ ਜੜ ਹੈ ਇਸ ਥਾਂ ਦੱਸਦੇ ਨੇ। ਤੀਸਰਾ ਆਕਾਸ਼ ਜਿਸ ਨੂੰ ਵਿਸ਼ਾਲ ਆਕਾਸ਼ ਕਹਿੰਦੇ ਨੇ ਉਹ ਦਸਵਾਂ ਦੁਆਰ ਹੋਇਆ ਕਰਦਾ, ਕਹਿੰਦੇ ਉੱਥੇ ਰਹਿੰਦਾ ਉਹ ਗਗਨ ਅੰਦਰ। ਗਗਨ ਸਭ ਤੋਂ ਉੱਚੇ ਥਾਂ, ਉਹ ਥਾਂ ਕਿਹਾ ਜਾਏ, ਕਹਿੰਦੇ ਉੱਥੇ ਮੈਲ ਨਹੀਂ ਕਦੇ ਵੀ ਲੱਗਦੀ। ਉਹਨੇ ਆਪਣੇ ਵਾਸਤੇ ਬਣਾਈ ਹੈ ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰਗਜ ਨੰਦਰ, ਅਸਥਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏਗਾ। ਉਹਦੇ ਵਿੱਚ ਜਾਣ ਵਾਸਤੇ ਕੀ ਕਰਨਾ ਪੈਂਦਾ? ਕਹਿੰਦੇ ਪਹਿਲਾਂ ਸਮਝੋ ਅੰਤਰ ਕੋਟ ਛੱਜੇ ਹੱਟ ਨਾਲੇ, ਇਸ ਕਿਲੇ ਦੇ ਅੰਦਰ, ਸਰੀਰ ਰੂਪੀ ਕਿਲੇ ਦੇ ਅੰਦਰ ਉੱਥੇ ਬਾਜ਼ਾਰ ਨੇ, ਦੁਕਾਨਾਂ ਨੇ, ਬਹੁਤ ਹੀ ਕੀਮਤੀ ਚੀਜ਼ਾਂ ਸੁਰੱਖਿਅਤ ਕਰਕੇ ਰੱਖੀਆਂ ਹੋਈਆਂ ਨੇ। ਉਹ ਕਾਹਦੇ ਨਾਲ ਕਰੀਏ? ਕਹਿੰਦੇ ਵਜਰ ਕਪਾਟ ਜੜੇ ਜੜ ਜਾਣੇ, ਵਜਰ ਕਪਾਟ ਜੜੇ ਹੋਏ ਨੇ।
ਗੁਰ ਸ਼ਬਦ ਹੀ ਘੁਲਾਇਣ ਦਾ ਨਾਲ ਸੰਕੇਤ ਦੇ ਤਾ ਵੀ ਖੁੱਲ ਐ ਨਹੀਂ ਵੀ ਨਹੀਂ ਖੁੱਲਣੇ, ਖੁੱਲ ਵੀ ਜਾਣਗੇ ਪਰ ਗੁਰੂ ਦੇ ਸ਼ਬਦ ਨਾਲ ਖੁੱਲਣੇ ਆ। ਜਦੋਂ ਖੁੱਲੇ ਫਿਰ ਕਹਿੰਦੇ ਮਹਾਰਾਜ ਕਹਿੰਦੇ ਪੀਤਰ ਕੋਟ ਗੁਫਾ ਘਰ ਜਾਈ, ਫਿਰ ਉਹ ਗੁਫਾ ਦੇ ਵਿੱਚ ਐਂਟਰ ਕਰੀ। ਨੌ ਘਰ ਥਾਪੇ ਹੁਕਮ ਰਜਾਈ, ਜਿਹੜੇ ਨੌ ਘਰ ਨੇ ਅੱਖਾਂ ਕੰਨ ਨੱਕ ਆਦਿ, ਇਹ ਸਾਰੇ ਠਾਕ ਦਿੱਤੇ ਜਾਂਦੇ ਨੇ, ਦੌੜਦੇ ਨਹੀਂ ਭੱਜਦੇ ਨਹੀਂ, ਚੁੱਪ ਕਰਕੇ ਟਿਕ ਜਾਂਦੇ। ਉਹ ਫਿਰ ਰਸਤਾ ਜਦੋਂ ਸਾਰੇ ਰਸਤੇ ਬੰਦ ਹੋ ਗਏ, ਪਲੱਗ ਕਰ ਦਿੱਤੇ ਸਾਰੇ, ਤਾਂ ਫਿਰ ਕੀ ਆ ਕਹਿੰਦੇ ਚੜ੍ਹਦੇ ਜਾਓ ਬੇਫਿਕਰ ਹੋ ਕੇ, ਜਾਓਗੇ ਕਿੱਥੇ? ਕਹਿੰਦੇ ਦਸਵੇਂ ਪੁਰਖ ਲੇਖ ਵਪਾਰੀ, ਉਹ ਦਸਵੇਂ ਦੇ ਵਿੱਚ ਪਹੁੰਚ ਜਾਓ। ਉੱਥੇ ਜਿਹੜਾ ਲੇਖਿਆਂ ਤੋਂ ਉੱਚਾ ਹੈ ਵਾਹਿਗੁਰੂ, ਉਹ ਰਹਿੰਦਾ, ਲੇਕਿਨ ਜੇ ਉਹਦੀ ਮਰਜ਼ੀ ਤੋਂ ਬਗੈਰ ਐਂਟਰ ਨਹੀਂ ਕਰ ਸਕਦੇ, ਆਪੇ ਲੱਖ ਲਿਖਾਏ। ਉਹਨੇ ਮਰਿਆਦਾ ਤਾਂ ਰੱਖੀ ਹੋਈ ਹੈ ਵੀ ਬੱਜਰ ਕਪਾਟ ਗੁਰੂ ਦੀ ਚਾਬੀ ਤੋਂ ਬਗੈਰ ਨਹੀਂ ਖੁੱਲ੍ਹਣੇ। ਚਾਬੀ ਗੁਰੂ ਕੋਲ ਹੈ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ, ਅਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ, ਹੋਰ ਤਾਂ ਦਰ ਖੁੱਲ੍ਹੇ ਨਾ, ਗੁਰਪੂਰਾ ਭਾਗ ਮਿਲਾਵਣਿਆ। ਮਹਾਰਾਜ ਨੇ ਦਸ ਵੀ ਪਾ ਤੀ, ਅਤੇ ਇਸ ਤਰ੍ਹਾਂ ਵੀ ਫਰਮਾਨ ਕਰਦੇ ਹਾਂ, ਪੜ੍ਹੋ ਪਿਆਰ ਨਾਲ। ਨੌ ਦਰਵਾਜ਼ੇ ਕਾ ਝੂਠ ਹੈ, ਝੂਠ ਹੈ ਉਹ ਖਾਈ। ਕਰਨੇ
ਸਰ ਚਾਨਣਾ 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 ਕਰ ਭਗਤ ਮਰੀਜੈ ਜਿਸ ਘਟ ਅੰਤਰ ਚਾਨਣਾ ਕਰ ਭਗਤ ਮਰੀਜੈ ਬਾਬਾ ਸੱਚੇ ਪਾਤਸ਼ਾਹ ਪਾਤਸ਼ਾਹ ਤੂੰ ਸੱਚੀ ਨਾਹੀ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਸਾਰੀ ਗੱਲ ਮਹਾਰਾਜ ਨੇ ਕਲੀਅਰ ਕਰ ਦਿੱਤੀ ਕਿ ਜਿਹਦਾ ਤੂੰ ਆਧਾਰ ਪਾਲਦਾ ਪਿਆਰਿਆ ਜੇ ਤਾਂ ਉਹਦੇ ਆਧਾਰ 'ਤੇ ਰਹਿਣਾ ਤਾਂ ਉਹਦੇ ਨਾਲ ਪਿਆਰ ਪਾ ਲੈ ਉਹ ਤੇਰੇ ਅੰਦਰ ਹੈ ਤੇਰੇ ਨਾਲ ਹੋ ਜਾਏਗਾ ਪਰ ਥੋੜ੍ਹਾ ਜਿਹਾ ਸਫ਼ਰ ਤੈਅ ਕਰਨਾ ਪੈਣਾ ਜਿਹੜੇ ਇਹ ਇੰਦਰੇ ਬਾਹਰ ਨੂੰ ਦੌੜੇ ਫਿਰਦੇ ਨੇ ਇਹਨਾਂ ਨੇ ਭੁਲਾ ਦਿੱਤਾ ਯਾਦ ਨਹੀਂ ਬਾਤ ਰਹਿਣ ਦਿੱਤੀ ਦੇਖ ਕੇ ਕਮਲ ਪੂਰੀ ਬਸ ਅਨੂਪ ਨਾ ਪਾਈ
ਜੇ ਕਾਮਨ ਭੁੱਲੀ ਵਸਤ ਅਨੂਪ ਨਾ ਸਾਏ। ਇਹ ਜਿਹੜਾ ਜੀਵ ਆਤਮਾ ਹੈ ਅੰਦਰ, ਅੱਖਾਂ ਦੀ ਮਦਦ ਨਾਲ ਬਾਹਰ ਦੇਖ ਰਿਹਾ ਹੈ, ਕੰਨਾਂ ਦੀ ਮਦਦ ਨਾਲ ਬਾਹਰ ਸੁਣ ਰਿਹਾ ਹੈ, ਨਾਸਕਾਂ ਦੀ ਮਦਦ ਨਾਲ ਸੁੰਘ ਰਿਹਾ ਹੈ, ਰਸਨਾ ਦੀ ਮਦਦ ਦੇ ਨਾਲ ਟੇਸਟ ਕਰ ਰਿਹਾ ਹੈ, ਸਪਰਸ਼ ਇੰਦਰੀਆਂ ਦੀ ਮਦਦ ਦੇ ਨਾਲ ਸਪਰਸ਼ ਦਾ ਆਨੰਦ ਲੈ ਰਿਹਾ। ਕਹਿੰਦੇ ਭੁੱਲ ਗਿਆ ਹੈ। ਇਹਦੇ ਵਿੱਚ ਇਹ ਪਰਚ ਕਾ ਸਾਰਾ ਜੀਵਨ ਬਰਬਾਦ ਹੋ ਗਿਆ, ਕਿਉਂਕਿ ਇਹਨਾਂ ਦਾ ਕਿਤੇ ਐਂਡ ਨਹੀਂ ਹੈ, ਇਨਫਿਨਿਟੀ ਹੈ, ਸਾਹਸ ਨਹੀਂ। ਜੇ ਕੋਈ ਮੈਂ ਅੱਖਾਂ ਨਾਲ ਦੇਖ ਕੇ ਰੱਜ ਜੂੰ, ਮਹਾਰਾਜ ਕਹਿੰਦੇ ਬਿਲਕੁਲ ਨਹੀਂ ਪਿਆਰਿਆ, ਜਿੰਨਾ ਦੇਖੇਗਾ ਹੋਰ ਜੀ ਕਰੇਗਾ, ਹੋਰ ਦੇਖਾਂ, ਹੋਰ ਸੁਣਾ, ਹੋਰ ਟੇਸਟ ਲਵਾਂ। ਇੱਕ ਰਾਜਾ ਸੀ, ਕਈ ਵਾਰੀ ਐਸੀਆਂ ਬਾਤਾਂ ਆ ਜਾਂਦੀਆਂ, ਥੋੜ੍ਹਾ ਗੱਲ ਜਲਦੀ ਸਮਝ ਆ ਜਾ। ਉਹਨੂੰ ਕੀ ਆਦਤ ਸੀ ਕਿ ਮੋਰਾਂ ਦੀਆਂ ਜਵਾਨਾਂ ਖਾਂਦਾ ਹੁੰਦਾ ਸੀ, ਮੋਰ ਮਾਰ ਲੈਣਾ, ਉਹਦੇ ਵਾਸਤੇ ਸਪੈਸ਼ਲ ਜੀਭਾਂ ਬਣਾਉਂਦੇ ਹੁੰਦੇ ਮੋਰਾਂ ਦੀਆਂ, ਉਹਨੇ ਖਾ ਲੈਣਾ, ਇੰਨਾ ਖਾਈ ਜਾਣਾ, ਉਲਟੀ ਆ ਜਾਣੀ, ਡਾਕਟਰਾਂ ਨੇ ਦਵਾਈ ਦੇਣੀ, ਹਾਜ਼ਮੇ ਦੀ ਦਵਾਈ ਦੇਣੀ, ਉਹਨੇ ਫਿਰ ਖਾਣ ਲੱਗ ਜਾਣਾ, ਫਿਰ ਉਲਟੀ ਲੱਗ ਜਾਣੀ। ਉਹ ਖਾਣ ਤੋਂ ਨਹੀਂ ਸੀ ਹਟਦਾ, ਕਿਉਂਕਿ ਜਵਾਨ ਰਸ ਦੇ ਵਿੱਚ ਰੱਜਦੀ ਨਹੀਂ ਸੀ, ਹੋਰ ਰਸ, ਕਾਮ ਭੋਗ ਨੇ ਨਹੀਂ ਬਿਰਤੀ ਰੱਜਦੀ, ਪੈਸਾ ਠਗਾਇਆ ਨਹੀਂ ਆਦਮੀ ਰੱਜਦਾ, ਅੱਗੇ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀਏ, ਕੋਟ ਜੋਰੇ ਲਾ ਕਰੋਰੇ, ਮਨ ਨਾ ਹੋ ਰਿਹਾ ਪਰੇ ਪਰੇ ਹੀ ਕੋਲੂ ਜੀਏ। ਮਹਾਰਾਜ ਕਹਿੰਦੇ ਜੇ ਕੋਈ ਇਹਨਾਂ ਨੂੰ ਰਜਾਉਣਾ ਚਾਹੇ ਨਾ, ਇਹ ਨਹੀਂ ਰੱਜਿਆ ਕਰਦੇ ਐਸਾ ਪਰਮਾਤਮਾ, ਅੱਖੀਆਂ ਦੇਖ ਨਰ ਰੱਜਦੇ, ਰੋਵਣ ਅਤੇ ਹਾਸੇ ਸੁਣ ਕੇ ਰਸਨਾ ਨਹੀਂ ਰੱਜਦੀ, ਰਸਾਂ ਦੇ ਨਾਲ ਨਵੇਂ ਅਤੇ ਨਵੇਂ ਰਸ ਚਾਹੁੰਦੀ ਹੈ, ਕੋਈ ਨਹੀਂ ਰੱਜਣਾ ਕੋਈ ਜੀਵਿਆ ਕੂੜੇ ਪਰਵਾਸ। ਇਹ ਬਾਹਰ ਝਾਕੀ ਜਾਂਦੀ ਹੈ, ਬਾਹਰ ਦੌੜੀ ਫਿਰਦੀ ਹੈ ਇਹਨਾਂ ਦੀ ਮਦਦ ਦੇ ਨਾਲ। ਅੰਦਰ ਜਾਣ ਦਾ ਜੋ ਰਸਤਾ ਸੀ ਭੁੱਲ ਗਈ, ਇਹ ਕੰਮ ਜੀਵ ਆਤਮਾ
ਹੋਇਆ ਕਿ ਅੰਦਰ ਦੇ ਨਾਲੋਂ ਕਨੈਕਸ਼ਨ ਟੁੱਟ ਗਿਆ, ਉਹਨੇ ਦਰਵਾਜ਼ਾ ਹੀ ਬੰਦ ਕਰ ਲਿਆ। ਪਹਿਲਾਂ ਤਾਂ ਅਸੀਂ ਉਡੀਕਦੇ ਹਾਂ ਨਾ ਵੀ ਹੁਣ ਆਇਆ 8 ਵਜੇ, 9 ਵਜੇ, 10 ਵਜੇ, 11 ਵਜੇ, ਆਪ ਨੂੰ ਨੀਂਦ ਆਉਣ ਲੱਗ ਗਈ, ਦਰਵਾਜ਼ਾ ਉੜਕ ਲਿਆ, ਗਾੜੀ ਨੀਂਦ ਆਉਣ ਲੱਗੀ, ਭਾਈ ਬੰਦ ਕਰ ਦਿੰਦੇ ਹਾਂ। ਉਹ ਦਰਵਾਜ਼ਾ ਬੰਦ ਕਰ ਦਿੱਤਾ, ਚਾਬੀ ਫੜਾ ਤੀ ਬਈ ਤੂੰ ਆਹ ਤਾਲਾ ਬੰਦ ਕਰ ਲੈ, ਜੇ ਆਊਗਾ ਦੇ ਦੀ। ਆਉਂਦਾ ਪੁੱਤਰ ਆਉਂਦਾ ਆ ਕੇ ਦੇਖਦਾ ਤਾਲਾ ਲੱਗਿਆ ਹੋਇਆ, ਹੁਣ ਚਾਬੀ ਕਿੱਥੋਂ ਲਵੇ। ਜਿਹੜਾ ਬਾਹਰ ਹੈ ਕੋਈ ਚੌਕੀਦਾਰ ਵਗੈਰਾ ਉਹਦੇ ਕੋਲ ਜਾਂਦਾ ਵੀ ਚਾਬੀ ਤੇਰੇ ਕੋਲ ਹੈ, ਕਹਿੰਦਾ ਹਾਂ ਮੇਰੇ ਕੋਲ ਹੈ, ਮੈਂ ਖੋਲ੍ਹ ਦਿੰਦਾ। ਇਵੇਂ ਜਿਵੇਂ ਹੈ ਸਾਡਾ ਵੀ ਹਾਲ ਹੈ, ਸਾਨੂੰ ਅਰਬਾਂ ਖਰਬਾਂ ਇਨਫਿਨਿਟੀ ਅਣਗਿਣਤ ਸਾਲ ਹੋ ਗਏ ਪ੍ਰਭੂ ਨਾਲੋਂ ਵਿਛੜਿਆਂ ਨੂੰ। ਉਹ ਨੇੜੇ ਦੇ ਹੈਗਾ, ਹੈ ਨੇੜੇ ਨਹੀਂ ਦੂਰ, ਨਿਜਾਤ ਮੇਰੇ ਆ ਭਰਪੂਰ। ਮਹਾਰਾਜ ਕਹਿੰਦੇ ਸਭ ਤੋਂ ਨੇੜੇ ਜੇ ਕੋਈ ਚੀਜ਼ ਹੈ ਨਾ ਤੇਰੇ ਤਾਂ ਵਾਹਿਗੁਰੂ ਹੈ। ਪਰ ਹੁਣ ਸਭ ਤੋਂ ਦੂਰ ਵਾਹਿਗੁਰੂ ਹੈ, ਬਾਕੀ ਚੀਜ਼ਾਂ ਸਾਡੇ ਨੇੜੇ ਨੇ। ਉਹ ਕਾਮਣ ਭੁੱਲ ਗਈ, ਭੁੱਲ ਕੇ ਇਹ ਸਰੀਰ ਦੇ ਅੰਦਰ ਦੱਸਦੇ ਨੇ ਕਿ ਖੱਟ ਨੇਮ ਕਰ ਕੋਠੜੀ ਬਣਦੀ। ਇਹਦੇ 'ਚ 6 ਤਰੀਕੇ ਕਰਕੇ ਇਸ ਕੋਠੜੀ ਨੂੰ ਬੰਨਣਾ ਗਿਆ। ਲਾਈਫ ਕਰੰਟ ਜਿਹੜੀ ਹੈ ਜਿੱਥੋਂ ਆਦਮੀ ਜਿਉਂ ਰਿਹਾ, ਉਹ ਰੀੜ੍ਹ ਦੀ ਹੱਡੀ ਹੈ। ਉਹ ਰੀੜ੍ਹ ਦੀ ਹੱਡੀ ਦੇ ਵਿੱਚ ਕੁੰਡਲਨੀ ਨਾਮ ਦੀ ਇੱਕ ਸ਼ਕਤੀ ਰੀੜ੍ਹ ਦੀ ਹੱਡੀ ਦੇ ਹੇਠਲੇ ਪਾਸੇ ਮੂਲ ਧਾਰ ਚੱਕਰ ਦੇ ਹੇਠਾਂ ਇੱਕ ਨਾੜੀ ਮੂੰਹ ਦੇ ਉੱਤੇ ਚੜ੍ਹੀ ਹੋਈ ਸੂਖਸ਼ਮ, ਬਹੁਤ ਸੂਖਸ਼ਮ ਨਾੜੀ, ਉਹਦਾ ਮੂੰਹ ਰੋਕੀ ਬੈਠੀ ਹੈ, ਉਹਦੇ ਵਿੱਚ ਕੁੰਡਲਨੀ ਸ਼ਕਤੀ ਹੈ ਕਹਿੰਦੇ। ਉਹ ਤੋਂ ਬਾਅਦ ਮੂਲ ਧਾਰ ਚੱਕਰ ਆ ਜਾਂਦਾ, ਉਹਦੇ ਵਿੱਚ ਇੰਨੇ ਕਿਸਮ ਦਾ ਫੁੱਲ ਹੈ, ਇੰਨੇ ਰੰਗ ਨੇ, ਆਹ ਉੱਥੇ ਆਵਾਜ਼ ਹੈ, ਸਾਰੇ ਦਿੱਤੇ ਹੋਏ। ਸਵਾਏ ਦੁਆਏ ਆ ਜਾਂਦਾ, ਮਣੀਪੂਰਵਕ ਆ ਜਾਂਦਾ, ਹਿਰਦਾ ਚੱਕਰ ਆ ਜਾਂਦਾ, ਕੰਠ ਚੱਕਰ ਆ ਜਾਂਦਾ, ਅਤੇ 6ਵਾਂ ਜਿਹੜਾ ਹੈ ਉਹ ਆਗਿਆ ਚੱਕਰ ਆ ਜਾਂਦਾ। ਕਹਿੰਦੇ ਇਹ ਨੇਮ ਕਰਕੇ ਬੰਨੀ ਹੋਈ ਹੈ, ਇਹ ਜਦੋਂ ਪ੍ਰਾਣਾ ਦੇ ਬਲ ਨਾਲ ਖੋਲ੍ਹਦਾ ਅਤੇ ਫਿਰ ਇਹਦੇ ਵਿੱਚ ਐਂਟਰ ਹੁੰਦਾ ਹੈ ਲਾਈਵ ਕਰੰਟ ਦੇ ਵਿੱਚ, ਫਿਰ ਚੜ੍ਹਦਾ ਚੜ੍ਹਦਾ ਅਖੀਰ ਉੱਪਰ ਆਗਿਆ ਚੱਕਰ ਦੇ ਉੱਤੇ ਤ੍ਰੁਪਟੀ ਆ ਜਾਂਦੀ ਹੈ, ਤ੍ਰੁਪਟੀ ਦੇ ਉੱਤੇ ਸੰਸਾਰ ਚੱਕਰ ਆ ਜਾਂਦਾ, ਉੱਤੇ ਗਾਂ ਫਿਰ ਗਗਨ ਮੰਦਲ ਹੈ ਜਿੱਥੇ ਕਹਿ ਸਾਚਾ ਬਾਸਾ ਪੁਰ ਗਗਨ ਅੰਦਰ। ਪਰ ਗੁਰੂ ਮਹਾਰਾਜ ਨੇ ਸਾਨੂੰ ਬੜਾ ਹੀ ਸੁਖਾਲਾ ਕਰ ਦਿੱਤਾ ਬਈ ਕਲਯੁਗ ਦਾ ਸਮਾਂ ਆ ਗਿਆ, ਇਹ ਪੂਰੀ ਸ਼ਕਤੀ ਨਾ ਹੋਵੇ ਤਾਂ ਇਹ ਆਦਮੀ ਇਹਦੇ 'ਚੋਂ ਲੰਘ ਨਹੀਂ ਸਕਦਾ। ਫਿਰ ਲੰਘੀਏ ਕਿਵੇਂ? ਕਹਿੰਦੇ ਦੂਜਾ ਰਸਤਾ ਤੁਹਾਨੂੰ ਦੱਸ ਦਿੰਦੇ ਹਾਂ, ਸੁਰਤ ਸ਼ਬਦ ਭਵ ਸਾਗਰ ਤਰੀਆ ਮੁਰਗ ਮੁਰਗਾਈ ਨਿਸ਼ਾਨ। ਇਹ ਸੁਰਤ ਅਤੇ ਸ਼ਬਦ ਦੇ ਬਲ ਦੇ ਨਾਲ ਅਸੀਂ ਇਹ ਸਾਗਰ ਤਰ ਸਕਦੇ। ਉਹ ਸੁਰਤ ਸਾਡੀ ਸਾਰੇ ਚੱਕਰਾਂ ਤੋਂ ਲੰਘਦੀ ਹੈ, ਜਿਹਨੂੰ ਸੁਰਤ ਕਾਬੂ ਕਰਨੀ ਆ ਗਈ ਨਾ, ਹੋਸ਼ ਕਾਬੂ ਕਰਨੀ ਆ ਗਈ ਆਪਣੀ, ਹੋਸ਼ ਦੇ ਉੱਤੇ ਆਪ ਪਹਿਰੇਦਾਰ ਹੋ ਗਿਆ ਉਹ ਲੰਘ ਜਾਂਦਾ, ਦੂਆ ਜਿਹਨੂੰ ਹੋਸ਼ ਨੇ ਥੱਲੇ ਰੱਖ ਲਿਆ ਬੇਹੋਸ਼ੀ ਦੇ ਮੰਡਲ 'ਚ ਰਿਹਾ ਉਹ ਨਹੀਂ ਲੰਘਦਾ ਪਿਆ, ਵਾਹਿਗੁਰੂ 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 ਕਰੀ ਜਾਓ, ਬੇਅੰਤ ਟਾਈਮ ਲੱਗੇਗਾ ਕਿਉਂਕਿ ਉਹਨੇ ਪੁੱਛਿਆ ਨਹੀਂ ਕਿਸੇ ਤੋਂ ਰਾਹ, ਇਸ ਕਰਕੇ ਨਹੀਂ ਪਤਾ ਲੱਗਦਾ। ਸੋ ਮਹਾਰਾਜ ਕਹਿੰਦੇ ਉਹ ਹੈਗਾ ਤੇਰੇ ਅੰਦਰ, ਉਹ ਇਹ ਹੈ ਕਿ 9 ਦਰਵਾਜ਼ੇ ਖੁੱਲ੍ਹੇ ਨੇ, ਇਹ ਬਾਹਰ ਨੂੰ ਖੁੱਲ੍ਹਦੇ ਨੇ। ਕਹਿੰਦੇ ਅੰਦਰ ਨੂੰ ਵੀ ਖੁੱਲ੍ਹਦੇ ਆ? ਮਹਾਰਾਜ ਕਹਿੰਦੇ ਬਿਲਕੁਲ ਅੰਦਰ ਨੂੰ ਖੁੱਲ੍ਹਦੇ ਨੇ। ਉਹ ਤਾਂ ਖੁੱਲ੍ਹਦੇ ਆ ਜੇ 9 ਘਰ ਥਾਪੇ ਹੁਕਮ ਰਜਾਈ,
ਇਹਨਾਂ ਨੂੰ ਠਾਕ ਦੇਵੇ ਬਾਹਰ ਨਾ ਨੱਠਣੇ। ਫਿਰ ਜਦੋਂ ਇਹ ਦਰਵਾਜ਼ੇ ਮੂੰਦ ਲਈਏ ਦਰਵਾਜ਼ੇ ਤਾਂ ਬਾਜੀ ਵਾਲੇ ਅਨਹਦ ਬਾਜੇ, ਉਹ ਅਨਹਦ ਬਾਜੇ ਜਿਹਨੂੰ ਆਤਮਿਕ ਸੰਗੀਤ ਕਹਿੰਦੇ ਉਹ ਸੁਣਨਾ ਸ਼ੁਰੂ ਹੋ ਜਾਂਦਾ। ਉਹ ਤਾਂ ਸੁਣ ਹੁੰਦਾ ਜੇ ਬਾਹਰਲੇ ਦਰਵਾਜ਼ੇ ਬੰਦ ਕਰ ਲਏ, ਭਟਕਣਾ ਬੰਦ ਕਰ ਦਿੱਤੀ। ਉਸ ਵੇਲੇ ਮਹਾਰਾਜ ਕਹਿੰਦੇ ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਖਾਇੰਦਾ। ਉਹ ਇਹਦੇ ਅੰਦਰ ਬੈਠਾ ਹੈ, ਜਿਹਨੇ ਇਹਦੇ ਅੰਦਰ ਜੀਵਨ ਕਰੰਟ ਦੇਣੀ ਹੈ। ਜਦ ਤੱਕ ਸੁਰਤੀ ਉਹਦੇ ਨਾਲ ਟੱਚ ਨਹੀਂ ਕਰਦੀ, ਬਾਡੀ ਦੇ ਵਿੱਚ ਕਰੰਟ ਨਹੀਂ ਆਉਂਦੀ। ਬਾਜਾਂ ਦੇ ਬੇਅੰਤ ਆ ਜਾਂਦੀ ਆ, ਬੀਬੀ ਜੀ ਦੇ ਪਿਤਾ 'ਚ ਇੰਨੀ ਕਰੰਟ ਆ ਗਈ ਸੀ। ਉਹ ਭਜਨ ਕਰਨ ਵੇਲੇ ਕਹਿੰਦੇ ਸੀ ਮੇਰੇ ਨਾਲ ਨਾ ਕੋਈ ਵੀ ਲੱਗਿਓ, ਬਾਡੀ ਮੇਰੀ ਚਾਰਜ ਹੋ ਜਾਂਦੀ ਹੈ। ਇੱਕ ਦਿਨ ਚਾਚੀ ਆ ਗਈ ਉਹਨਾਂ ਦੀ, ਕਹਿੰਦੀ ਹੀਰਾ ਸਿੰਘ ਸਾਰਿਆਂ ਦਾ ਨਾਮ ਤੋਰੀ ਜਾਂਦਾ, ਮੇਰਾ ਵੀ ਤੋਰ ਦੇ। ਸਹਿ ਸੁਭਾਅ ਹੱਥ ਰੱਖਦਾ, ਹੱਥ ਕੀ ਰੱਖਣਾ ਸੀ, ਲਿਟਣ ਲੱਗ ਗਈ। ਚੁਬਾਰਾ ਸੀਗਾ, ਚੁਬਾਰੇ ਦੀ ਪਰਲੀ ਕੰਧ ਨਾਲ ਲੱਗ ਗਈ। ਫਿਰ ਮੁੜ ਕੇ ਆਈ ਬਾਪੂ ਜੀ ਹੇਠਾਂ ਨੂੰ, ਪਲੰਘ 'ਤੇ ਬੈਠੇ ਸੀ ਹੇਠਾਂ ਨੂੰ ਹੋਏ, ਉਹਦੇ ਸਿਰ 'ਤੇ ਹੱਥ ਰੱਖਤਾ। ਕਹਿੰਦੇ ਚਾਚੀ ਬਹਿ ਜਾ, ਬਹਿ ਗਈ ਉੱਠ। ਥੋੜ੍ਹੀ ਦੇਰ ਬਾਅਦ ਬਾਹਰ ਆਏ ਤਾਂ ਉਹਨਾਂ ਦੇ ਚਾਚੇ ਦੇ ਮੁੰਡੇ ਕਹਿਣ ਲੱਗੇ, ਕਹਿੰਦੇ ਬਾਈ ਬੇਬੇ ਆਈ ਸੀ ਉੱਤੇ। ਕਹਿੰਦੇ ਹਾਂ ਭਾਈ। ਕਹਿੰਦੇ ਕਿੰਨਾ ਕੰਮ ਹੈ ਉੱਤੇ? ਕਹਿੰਦੇ ਕੰਮ ਉਹ ਤਾਂ ਕੱਲ੍ਹ ਨੂੰ ਇਸ ਵੇਲੇ ਉੱਠੇਗੀ, ਉਦੋਂ ਪਹਿਲਾਂ ਨਹੀਂ। ਉਹ ਤਾਂ ਮੁਰੋਲੀ ਪਈ ਹੈ ਚੱਕ ਲਿਆਂ ਦੀ, ਜੇ ਖਰਾਬ ਹੋ ਗਈ ਅਸੀਂ ਜ਼ਿੰਮੇਵਾਰ ਨਹੀਂ। ਹੁਣ ਤਾਂ ਇਹ ਕੱਲ੍ਹ ਨੂੰ ਐਂ ਉੱਠੇਗੀ। ਉਹ ਕੀ ਹੋਇਆ ਉਹਦੇ ਨਾਲ? ਉਹ ਇੰਨੀ ਕਰੰਟ ਦਿੱਤੀ ਗਈ ਕਿ ਉਹ ਤਾਂ ਸਾਹਵੇ ਨਾ ਹੋਏ, ਕਿਉਂਕਿ ਉਹ ਜਿਉਂਦਾ ਸੀ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਸਾਡਾ ਜੀਵਨ ਕੋਈ ਜਿਉਂਦਿਆਂ ਦਾ ਤਾਂ ਨਹੀਂ, ਅੱਜ ਤਾਂ ਅੱਧੇ ਮਰੇ ਹੋਏ ਹਾਂ। ਮੁਰਦਿਆਂ ਦਾ ਜੀਵਨ ਹੈ, ਖਾਂਦੇ ਹਾਂ, ਪੀਂਦੇ ਹਾਂ, ਹੰਡਾਉਂਦੇ ਹਾਂ, ਪਹਿਨੇ ਹਾਂ, ਪਰ ਫਿਰ ਵੀ ਸ਼ੁਕਰ ਹੈ ਤੇਰੇ ਤਬਾੜੇ ਸਾਹਿਬ। ਬਹੁਤ ਸਾਰੇ ਪ੍ਰੇਮੀ ਜਾਂਦੇ ਨੇ, ਕੋਈ ਤਕਰੀਬਨ 80 ਦੇ ਕਰੀਬ ਨੇ, ਅੰਮ੍ਰਿਤ ਵੇਲੇ ਪਹੁੰਚ ਜਾਂਦੇ ਨੇ ਉੱਥੇ। 2 ਘੰਟੇ ਕੋਸ਼ਿਸ਼ ਕਰਦੇ ਹਾਂ ਵੀ ਇਹ ਜਿਹੜਾ ਨਾ ਦਿਸਣ ਵਾਲਾ ਰਸਤਾ ਹੈ ਇਹਦਾ ਕੋਈ ਕਦਮ ਪੱਟਿਆ ਜਾਵੇ। ਮਿਹਨਤ ਕਰ ਰਹੇ ਨੇ, ਠੀਕ ਹੈ, ਇਹ ਕੋਈ ਟਾਈਮ ਫੈਕਟਰ ਨਹੀਂ ਇਹਦੇ ਵਿੱਚ ਵੀ ਇੰਨੇ ਦਿਨ ਤੋਂ ਬਾਅਦ ਆਹ ਹੋਜੂ। ਇਹ ਸੰਸਕਾਰਾਂ ਦਾ ਹਿਸਾਬ ਹੈ, ਕਿਹਦਾ ਮਨ ਕਦ ਟਿਕਦਾ, ਕਦ ਅੰਦਰ ਐਂਟਰ ਹੁੰਦਾ, ਉਹਦੇ ਆਲੇ ਦੁਆਲੇ ਦੇ ਵਾਤਾਵਰਨ ਅਤੇ ਉਹਦੀ ਪਿਛਲੀਆਂ ਕਮਾਈਆਂ ਨਾਲ ਸੰਬੰਧ ਰੱਖਣ ਵਾਲੀ ਚੀਜ਼ ਹੈ। ਉਹ ਜਾਂਦੇ ਨੇ, 2 ਘੰਟੇ ਸਿਮਰਨ ਕਰਦੇ ਨੇ। ਵੈਸੇ ਸਿਮਰਨ 3 ਵਜੇ ਸ਼ੁਰੂ ਹੋ ਜਾਂਦਾ, ਠੀਕ, ਇੱਥੇ ਵੀ ਹੋ ਜਾਂਦਾ, ਅਮਰੀਕਾ 'ਚ ਵੀ ਹੋ ਜਾਂਦਾ, ਇੰਗਲੈਂਡ 'ਚ ਵੀ ਹੋ ਗਿਆ, ਪੌਂਟੇ ਸਾਹਿਬ ਹੋ ਗਿਆ, ਹੋਰ ਸ਼ਹਿਰਾਂ 'ਚ ਸਾਰੇ ਸ਼ੁਰੂ ਹੋ ਗਿਆ ਹੈ। ਇੱਕ ਨੇ ਮੈਨੂੰ ਟੈਲੀਫੋਨ ਕਰਿਆ ਵੀ ਅਸੀਂ ਨਾਮ ਸਿਮਰਨ ਦਾ ਕੈਂਪ ਲਾ ਰਹੇ ਹਾਂ 15 ਦਿਨ ਦਾ। ਮੈਂ ਕਿਹਾ ਤੁਹਾਨੂੰ ਨਾਮ ਸਿਮਰਨ ਦੀ ਜਾਂਚ ਕਿਹਨੇ ਦੱਸੀ ਹੈ? ਕਹਿੰਦਾ ਤੁਸੀਂ। ਮੈਂ ਉਹ ਕਿਵੇਂ? ਕਹਿੰਦੇ ਸਾਡੇ ਕੋਲ ਤੁਹਾਡੀ ਟੇਪ ਹੈ। ਕਹਿੰਦੇ ਅਸੀਂ ਨਾਲ ਅਖੰਡ ਪਾਠ ਕਰਨੇ ਨੇ, ਨਾਲ ਅਸੀਂ ਉਹ ਕਰਨਾ। ਅੱਜ ਮੈਂ ਸਤਨਾਮ ਸਿੰਘ ਨੂੰ ਪੁੱਛਿਆ, ਉਹ ਕਹਿੰਦਾ ਹਾਂਜੀ ਮੇਰੇ ਕੋਲ ਵੀ ਆਏ ਸੀ, ਉਹ ਕਾਫੀ ਪ੍ਰੇਮੀ ਨੇ 10-15। ਉਹ ਕਹਿੰਦੇ ਵੀ ਆਪਾਂ ਨਾਮ ਸਿਮਰਨ ਕਰੀਏ ਤਕੜੇ ਹੋ ਕੇ। ਮੈਂ ਕਿਹਾ ਉਹ ਕਰਨਗੇ ਕਿਵੇਂ? ਕਹਿੰਦੇ ਉਹ ਟੇਪ ਹੈ ਉਹਨਾਂ ਕੋਲ ਤੁਹਾਡੀ, ਠੀਕ ਹੈ। ਮਿਹਨਤ ਤਾਂ ਕਰਨੀ ਸ਼ੁਰੂ ਹੋ ਗਈ ਨਾ, ਉਹ ਟੇਪ ਨੇ ਹਰ ਥਾਂ ਦੇ ਉੱਤੇ ਮਿਹਨਤ ਕਰਾਉਣੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਦੇ ਨਾਲ 3:45 ਤੱਕ ਉਹ ਟੇਪ ਚੱਲਦੀ ਹੈ। ਉਹਦੇ ਵਿੱਚ ਸ਼ਬਦ ਗੂੰਜਦਾ ਹੈ, ਸਾਡੀ ਸੁਰਤ ਫੜਨ ਦਾ ਯਤਨ ਕਰਦੀ ਹੈ ਉਹ ਸ਼ਬਦ।
ਲੇਕਿਨ ਉਹਦੀ ਮਦਦ ਵਾਸਤੇ ਇਹ ਹੈ ਵੀ 10 ਮਿੰਟ ਤੋਂ ਬਾਅਦ ਜਦੇ ਫਿਰ ਬੋਲ ਪੈਂਦੀ ਹੈ, ਫਿਰ 10 ਮਿੰਟ ਬਾਅਦ ਬੋਲ ਪੈਂਦੀ ਹੈ, ਤਾਂ ਕਿ ਡਿਮ ਨਾ ਹੋ ਜਾਵੇ ਬਾਅਦ। ਉਹ ਜਦੋਂ ਇਹ ਮਿਹਨਤ ਕਰਨਗੇ, ਕੰਸੈਂਟਰੇਸ਼ਨ ਦਾ ਪੀਰੀਅਡ ਵੱਧਦਾ ਚਲਿਆ ਜਾਏਗਾ। ਜਦੋਂ ਕੰਸੈਂਟਰੇਸ਼ਨ ਵੱਧ ਗਈ, ਉਹ ਸਮਾਧੀ ਕਹਾਉਂਦੀ ਹੈ। ਜੇ 30 ਮਿੰਟ ਮਨ ਟਿਕ ਜਾਵੇ ਨਾ, ਉਹਨੂੰ ਸਮਾਧੀ ਕਹਿੰਦੇ। 3 ਘੰਟੇ ਤੱਕ ਟਿਕ ਜਾਵੇ, ਉਹ ਵੱਡੀ ਸਮਾਧੀ ਹੁੰਦੀ। ਉਹਦੇ ਬਾਅਦ ਜਦੋਂ ਨਾਮ ਅੰਦਰ ਅਤੇ ਬਾਹਰ ਪ੍ਰਗਟ ਹੋ ਜਾਵੇ, ਫਿਰ ਸਹਿਜ ਸਮਾਧ ਲੱਗਿਆ ਕਰਦੀ ਹੈ। ਸਹਿਜ ਸਮਾਧ ਲੱਗੀ ਲੇਵੰਤਰ ਸੋ ਰਾਤ ਸੋਈ ਜਾਂਦੇ। ਸੋ ਇਸ ਤਰ੍ਹਾਂ ਉਹ ਜੀਵਨ ਕਰੰਟ ਹੋਇਆ ਕਰਦੀ ਹੈ ਸਾਧ ਸੰਗਤ ਜੀ। ਉਹਦਾ ਸਾਨੂੰ ਨਹੀਂ ਭੇਤ, ਗੁਰੂ ਮਹਾਰਾਜ ਤੋਂ ਪੜ੍ਹਦੇ ਅਸੀਂ ਹਾਂ, ਕਥਾ ਵੀ ਅਸੀਂ ਕਰਦੇ ਹਾਂ, ਅੱਖਰ ਵੀ ਸਾਡੇ ਕੋਲ ਬੜੇ ਫਸਟ ਕਲਾਸ ਨੇ। ਮਹਾਰਾਜ ਕਹਿੰਦੇ ਕੀ ਕਰੋਗੇ, ਤਾਂ ਮੁਰਦਾ ਮੁਰਦਿਆਂ ਨੂੰ ਸੁਣਾ ਰਿਹਾ। ਉਹਦੇ ਬੋਲ 'ਚ ਕਸ਼ਿਸ਼ ਨਹੀਂ ਹੈ, ਸ਼ਕਤੀ ਨਹੀਂ ਹੈ, ਸਮਰੱਥਾ ਨਹੀਂ ਹੈ, ਕੀ ਕਰੂਗਾ ਸੁਣਾ ਕੇ। ਆਪ ਸੁੱਤਾ ਪਿਆ, ਦੂਜਿਆਂ ਨੂੰ ਕਿਵੇਂ ਜਗਾ ਦੂ? ਸੁੱਤਾ ਪਿਆ ਬੰਦਾ ਜਾਗਦਾ ਹੀ ਜਗਾਉਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ, ਨੌਵਾਂ ਘਰਾਂ 'ਚ ਭੁੱਲਣ ਕਰਕੇ ਅਸੀਂ ਉੱਤੇ ਚੜ੍ਹਦੇ ਨਹੀਂ। ਮਹਾਰਾਜ ਕਹਿੰਦੇ 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਰਤਰ ਖੀਜਾ। ਵਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖਲੀਜੇ। ਮਿਹਨਤ ਕਰੋ, ਗੁਰੂ ਦੇ ਸ਼ਬਦ ਦਾ ਜਾਪ ਕਰੋ। ਸਾਲ ਹੁੰਦਾ ਹੈ, 2 ਸਾਲ ਹੁੰਦਾ ਹੈ, 10 ਸਾਲ ਹੁੰਦਾ, ਸ਼ਬਦ ਦੀ ਸ਼ਕਤੀ ਤੁਹਾਡੀ ਸੰਗਤ ਨੇ ਸਾਰੀ ਨੇ ਦੇਖੀ ਹੋਈ ਹੈ। ਬਿਮਾਰ ਆਉਂਦੇ ਆ, ਮੈਂ ਕਹਿੰਦਾ ਤੂੰ 1250 ਪਾਠ ਕਰ ਜਾਂਦੀ ਸਾਲ ਦੇ, ਉਹ ਰਿਆ ਰਾਜੀ ਹੋ ਜਾਂਦਾ। ਉਹ ਸ਼ਕਤੀ ਕਾਹਦੀ ਹੈ? ਬਾਬਾ ਜੀ ਦੀ ਸ਼ਕਤੀ ਨਹੀਂ, ਉਹ ਤਾਂ ਸ਼ਬਦ ਦੀ ਸ਼ਕਤੀ ਹੈ। ਕਿਸੇ ਨੂੰ ਮੈਂ ਕਹਿ ਦਿੰਦਾ ਵੀ 2200 ਪਾਠ ਕਰ। ਅੱਜ ਕਪਣੇ ਸਿੰਘ ਬੈਠਾ ਤਰਨਜੀਤ, ਪੜ੍ਹ ਕੇ ਹਟਿਆ, ਕਹਿੰਦਾ ਬਾਬਾ ਜੀ ਨੌਕਰੀ ਨਹੀਂ ਮਿਲਦੀ, ਮੈਂ 6 ਮਹੀਨੇ ਸੇਵਾ ਕਰ, 10000 ਜਪੀ ਸਾਹਿਬ ਦਾ ਪਾਠ ਕਰ। ਉਹ ਜਿੱਦਣ 10000 ਪਾਠ ਇਹਦਾ ਪੂਰਾ ਹੋ ਗਿਆ, ਮੈਂ ਹੈਰਾਨ ਹੋ ਗਿਆ, ਚਿੱਠੀ ਲਈ ਫਿਰੇ। ਮੈਂ ਕੀ ਹੈ? ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ, ਔਰ ਮਿਲ ਵੀ ਇੱਥੇ ਗਈ। ਸੇਵਾ ਕਰਨ ਦਾ ਵਿਚਾਰੇ ਨੂੰ ਪਤਾ ਨਾ, ਉਹ ਅਵਤਾਰ ਸਰ ਨੱਕੇ ਛੱਡਣ ਭੇਜਤਾ ਰੇਤੇ ਦੇ ਖੇਤ, ਮੈਂ ਚਲਿਆ ਗਿਆ। ਉਹ ਸਾਰੇ ਪਾਣੀਓ ਪਾਣੀ ਫਿਰੇ। ਮੈਂ ਕਾਕਾ ਤੈਨੂੰ ਕਿਹਨੇ ਲਾਤਾ? ਕਹਿੰਦਾ ਜੀ ਉਹਨਾਂ ਨੇ ਕਿਹਾ ਵੀ ਪਾਣੀ ਲਾਵਾਂ, ਤੂੰ ਤਾਂ ਪੈਰ ਵੱਢ ਲਏਗਾ ਆਪਣਾ ਆਪੇ ਹੀ ਕਹੀ ਨਾ। ਇਹ ਮਿਹਨਤ ਮੰਗਦੀ ਹੈ ਸਾਧ ਸੰਗਤ ਦੀ ਚੀਜ਼। ਜੇ ਜਪਜੀ ਸਾਹਿਬ ਦੇ ਪਾਠਾਂ 'ਚ ਸ਼ਕਤੀ ਹੈ, ਫਿਰ ਜਿਹੜਾ ਤੁਸੀਂ ਮੰਤਰ ਜਪਦੇ ਹੋ ਨਾ, ਉਹ ਕਿੰਨਾ ਮਹਾਨ ਹੈ। ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਵਿੰਦ ਤੋਂ ਹੋ ਕੇ 5 ਪਿਆਰਿਆਂ ਦੇ ਰਾਹੀਂ ਸਾਡੇ ਅੰਦਰ ਗਿਆ ਹੋਇਆ। ਉਹ ਐਵੇਂ ਨਹੀਂ ਹੁੰਦਾ, ਉਹਦੇ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਹੈ ਆਦਮੀ ਦੇ। ਬਾਪੂ ਜੀ ਅੰਮ੍ਰਿਤ ਛਕਾ ਰਹੇ ਸੀ, ਭਾਈ ਰਣਧੀਰ ਸਿੰਘ ਜੀ ਲਿਖਦੇ ਨੇ, ਉਹ ਬਾਪੂ ਜੀ ਨੇ ਇੱਕ ਬੱਚੇ ਦੇ ਜਦ ਨੇਤਰਾਂ 'ਚ ਪਾਇਆ, ਉਹ 5ਵੀਂ ਵਾਰੀ ਪਾਇਆ, ਉਹ ਪੂਰੇ ਜਲਾਲ ਨਾਲ ਭਾਤਾ, ਉਹ ਬੇਹੋਸ਼ ਹੋ ਗਿਆ ਬੱਚਾ ਉੱਥੇ ਹੀ। ਕਹਿੰਦੇ ਕੀ ਹੋ ਗਿਆ ਹੁਣ ਇਹ? ਤਾਂ ਕਹਿੰਦੇ ਚੜ੍ਹ ਗਿਆ ਉੱਪਰ, ਕੀ ਹੋਏਗਾ? ਕਹਿੰਦੇ ਹੁਣ 56 ਘੰਟੇ ਦੀ ਸੁਰਤ ਥੱਲੇ ਨਹੀਂ ਆਉਣੀ। ਅਖੰਡ ਪਾਠ ਅਸੀਂ ਸ਼ੁਰੂ ਕਰਨਾ ਸੀ, ਉਸ ਬੱਚੇ ਨੂੰ ਚੁੱਕ ਕੇ ਇੱਕ ਸਾਈਡ 'ਤੇ ਬਿਠਾ ਤਾ ਗੁਰੂ ਗ੍ਰੰਥ ਸਾਹਿਬ ਦੇ ਨੇੜੇ। ਜਦੋਂ 48 ਘੰਟੇ ਹੋ ਗਏ ਅਤੇ 8 ਘੰਟੇ ਕੀਰਤਨ ਕਰਦਿਆਂ ਨੂੰ ਹੋ ਗਏ, ਤਾਂ ਉਹ ਬੱਚਾ ਹਿੱਲਿਆ। ਬਾਪੂ ਜੀ ਵੀ ਸੀਗੇ, ਇਕਦਮ ਉੱਠ ਕੇ ਆਏ, ਕਹਿੰਦੇ ਭਾਈ ਸਾਹਿਬ ਇਹਦੀ ਜਿਹੜੀ ਸੁਰਤ ਹੈ ਨਾ, ਦਰਗਾਹ ਦੇ ਵਿੱਚ ਖੜ੍ਹੀ ਮੇਲ ਮੰਗ ਰਹੀ ਹੈ, ਤੁਸੀਂ ਲਾਵਾਂ ਦਾ ਕੀਰਤਨ ਕਰ ਲਓ। ਲਾਵਾਂ ਦਾ ਕੀਰਤਨ ਤਾਂ ਉਸ ਵਾਸਤੇ ਹੈ, ਅਸੀਂ ਵਿਆਹ ਵਿਹੂ ਦੇ ਕੰਮ ਵੀ ਚਲਾ ਲੈਂਦੇ ਹਾਂ ਉਹਦੇ ਨਾਲ। ਉਹ ਤਾਂ 4 ਅਵਸਥਾ ਨੇ ਜਗਿਆਸੂ ਦੀਆਂ,
ਵਾਹਿਗੁਰੂ ਨੂੰ ਮਿਲਣ ਦੇ ਵਾਸਤੇ ਕਿਹੜੀ ਕਿਹੜੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ। ਉਹਦੇ ਬਾਅਦ ਭਾਈ ਸਾਹਿਬ ਲਿਖਦੇ ਆ, ਕਹਿੰਦੇ ਉਹ ਬੈਲੈਂਸ ਛੱਡ ਗਿਆ, ਤੈਰਨ ਲੱਗ ਗਿਆ ਸੰਗਤ 'ਤੇ ਜਿਵੇਂ ਮੱਛੀ ਪਾਣੀ 'ਚ ਤੈਰਦੀ ਹੈ। ਸਾਡੇ ਉੱਪਰ ਦੀ ਕਹਿੰਦੇ ਲੰਘ ਕੇ ਬਾਜੇ ਦੇ ਸਾਹਮਣੇ ਜਾ ਕੇ ਪੈ ਗਿਆ ਗੁਰੂ ਗ੍ਰੰਥ ਸਾਹਿਬ। ਜਦੋਂ ਸਮਾਪਤੀ ਹੋਈ ਉਹਦੇ ਬਾਅਦ ਉਹਦਾ ਪੈਰ ਬੈਲੈਂਸ ਖਤਮ ਹੋ ਗਿਆ, ਉਹਦੀ ਜਿਹੜੀ ਗ੍ਰੈਵਿਟੀ ਦੀ ਸ਼ਕਤੀ ਸੀ ਉਹ ਅਜੇ ਸਰੀਰ 'ਚ ਵਾਪਸ ਨਹੀਂ ਸੀ ਆਈ। ਨਾਮ ਕਰੰਟ ਨੇ ਸਰੀਰ ਨਾਲੋਂ ਕਨੈਕਸ਼ਨ ਤੋੜਤਾ, ਉਹ ਪੈਰ ਇਹਨਾਂ ਲੱਗੇ ਉਹਦਾ ਧਰਤੀ ਦੇ ਉੱਤੇ। ਇਹ ਹਾਲਤਾਂ ਨੇ ਸਾਧ ਸਿੰਘ ਜੀ, ਨਾਮ ਕੋਈ ਐਵੇਂ ਚੀਜ਼ ਨਹੀਂ, ਮੁਰਦਾ ਚੀਜ਼ ਨਹੀਂ ਵੀ ਐਵੇਂ ਵਾਹਿਗੁਰੂ 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 ਕਰੀ ਜਾਓ। ਜਿਹੜਾ ਮਿਹਨਤ ਕਰਦਾ ਪਹਿਲਾਂ ਤਾਂ ਇਹ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਕੱਟਣਾ ਸ਼ੁਰੂ ਕਰਦਾ। ਕਿੰਨੇ ਪਾਪ ਨੇ ਜੇ ਅਸੀਂ ਕਹੀਏ ਵੀ 10 ਕਰੋੜ ਜਨਮ ਹੋ ਗਏ ਤੈਨੂੰ, ਇਹ ਬਿਲਕੁਲ ਗਲਤ ਹੈ। ਮਹਾਰਾਜ ਕਹਿੰਦੇ ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ਼। ਲੇਖਾ ਹੋਏ ਨਹੀਂ ਸਕਦਾ, ਖਬਰਾਂ ਕਦ ਸ਼ੁਰੂ ਹੋਇਆ, ਇਹਨੂੰ ਕਿੰਨੇ ਖਰਬ ਸਾਲ ਹੋ ਗਏ। ਖਰਬ ਕਹਿੰਦੇ ਆ, ਮਹਾਰਾਜ ਕਹਿੰਦੇ ਵੀ ਵਿਨਾਸ਼ ਹੋ ਜਾਣਾ, ਨੋ ਟਾਕ, ਇਹ ਇਨਫਿਨਿਟੀ ਹੈ। ਉਹ ਸੰਸਕਾਰਾਂ ਨੂੰ ਕੱਟ ਕੱਟ ਕੇ ਨਾਮ ਨੇ ਸਰੀਰ ਵਿੱਚ ਪ੍ਰਗਟ ਹੋਣਾ। ਜਦੋਂ ਉਹ ਪ੍ਰਗਟ ਹੋ ਗਿਆ ਉਸ ਵੇਲੇ ਜਿਹੜੇ ਪ੍ਰਾਣ ਨੇ ਉਹ ਆਧਾਰ ਦੇ, ਉਹ ਨਾਮ ਦੇ ਆਧਾਰ 'ਤੇ ਹੋ ਜਾਂਦੇ ਨੇ। ਉਸ ਅਵਸਥਾ ਦਾ ਲਖਾਇਕ ਹੈ ਜਿਹੜਾ ਆਪਾਂ ਸ਼ਬਦ ਪੜ੍ਹਿਆ, ਮੇਰੇ ਪ੍ਰਾਣ ਆਧਾਰ ਹੈ ਪ੍ਰਭ ਜੀ, ਮੇਰੇ ਪ੍ਰਾਣ ਆਧਾਰ ਹੈ ਪ੍ਰਭ ਜੀ, ਮੇਰੇ ਪ੍ਰਾਣ ਆਧਾਰ ਹੈ। ਨਮਸਕਾਰ, ਡੰਡੌਤ ਵੰਦਨ, ਅਨਕ ਵਾਰ ਜਾਂ ਵਾਰ ਹੈ। ਹੁਣ ਬਲਿਹਾਰ 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 ਹੋਈ ਜਾਂਦੀ ਹੈ ਅੰਦਰ। ਉਠਤ ਬੈਠਤ ਸੋਵਤ ਜਾਗਤ, ਚਾਰ ਗੱਲ, ਚਾਰ ਅਵਸਥਾ ਮਹਾਰਾਜ ਨੇ ਦੱਸ ਦਿੱਤੀ। ਉੱਠਦਾ ਵਾਹਿਗੁਰੂ ਕਹਿ ਸਕਦਾ, ਬੈਠਿਆ ਹੋਇਆ ਵੀ ਵਾਹਿਗੁਰੂ ਵਾਹਿਗੁਰੂ ਕਹਿ ਸਕਦਾ, ਜਾਗਦਾ ਹੋਇਆ ਵੀ ਵਾਹਿਗੁਰੂ ਵਾਹਿਗੁਰੂ ਕਹਿ ਸਕਦਾ। ਇਹ ਤਾਂ ਸੋਵਤ ਆ ਗਿਆ, ਸੋਵਤ ਤਾਂ ਸਾਡੇ ਬਸ ਤੋਂ ਬਾਹਰਲੀ ਬਾਤ ਹੋ ਗਈ, ਕਿਉਂਕਿ ਆਦਮੀ ਦੋ ਅਵਸਥਾ 'ਚ ਸੌਂਦਾ। ਇੱਕ ਤਾਂ ਹੁੰਦੀ ਹੈ ਘੂਕ ਨੀਂਦ, ਇੱਕ ਹੋਇਆ ਕਰਦੀ ਹੈ ਸੁਪਨ ਅਵਸਥਾ।
ਨਾ ਸੁਪਨ ਅਵਸਥਾ 'ਚ ਆਪਣਾ ਆਪਦਾ ਧਿਆਨ ਹੈ, ਨਾ ਸੁਖੋਪਤ ਵਿੱਚ ਆਪਣਾ ਧਿਆਨ ਹੈ, ਬੜਾ ਮੁਸ਼ਕਲ ਹੈ। ਕੋਈ ਜਾਣਦਾ ਵੀ ਮੈਂ ਕੌਣ ਹਾਂ, ਸੁੱਤੇ ਪਏ ਕਿਸੇ ਨੂੰ ਪਤਾ ਵੀ ਮੈਂ ਕੌਣ ਹਾਂ। ਮਹਾਰਾਜ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਸ਼ਰ ਦੁੱਖ ਪਾਇਆ, ਸੋਗਤ ਪਈ ਹਮਾਰੀ। ਸਿੰਘਾਸਨ 'ਤੇ ਨੀਂਦ ਆ ਗਈ। ਦੋ ਤਿੰਨ ਰਾਜਿਆਂ ਦੀ ਐਸੀ ਕਥਾ ਆਉਂਦੀ ਹੈ, ਚਲੋ ਇੱਕੋ ਸਿਮਿਲੈਰਿਟੀ ਹੈ, ਬਾਤ ਸਮਝਾਉਣ ਵਾਸਤੇ ਹੈ ਸਾਰੀ ਗੱਲ। ਉਹਦਾ ਰਾਜ ਖੋਲਿਆ, ਬੇਇੱਜ਼ਤ ਕਰਕੇ ਕੱਢਤਾ, ਧੁੱਪ ਦੇ ਵਿੱਚ ਤੁਰਿਆ ਜਾਂਦਾ, ਉਹ ਰੋ ਰਿਹਾ ਉੱਚੀ ਉੱਚੀ, ਇੱਟਾਂ ਬੱਟੇ ਪੈ ਰਹੇ, ਭੁੱਖ ਦਾ ਦੁੱਖ ਸਹਿਆ ਨਹੀਂ ਜਾਂਦਾ। ਅੱਗੇ ਜਾ ਕੇ ਜਿੱਥੇ ਲੰਗਰ ਚੱਲ ਰਿਹਾ, ਉਹ ਕਹਿੰਦੇ ਭਾਈ ਖਿਚੜੀ ਗਰਮ ਹੈ, ਤੂੰ ਕੋਈ ਬਰਤਨ ਲਿਆ, ਮੰਗਦਾ ਫਿਰਦਾ, ਕੌਡੀ ਤੋਂ ਵੱਧ ਕੋਈ ਦਾਨ ਨਹੀਂ ਉਸ ਨੂੰ ਦੇ ਰਿਹਾ। 19 ਕੌਡੀਆਂ ਕਰਕੇ ਇੱਕ ਸੋਰਾ ਲਿਆ, ਜਦ ਖਾਣ ਲੱਗਿਆ ਸੰਨ ਭਿੜ ਗਏ ਉਹਦੇ ਹੱਥੋਂ ਟੁੱਟ ਗਏ। ਉਹਨੇ ਮਾਰੀ ਚੀਕ ਅਤੇ ਚੀਕ ਦੇ ਬਲ ਨਾਲ ਜਾਗ ਆ ਕਹਿੰਦਾ ਹੈ ਮੈਂ ਤਾਂ ਸਿੰਘਾਸਨ 'ਤੇ ਹਾਂ। ਉਹ ਅਵਸਥਾ ਹੈ ਜਿਹਦੇ ਦੋ ਅਵਸਥਾ ਸਾਨੂੰ ਨਹੀਂ ਪਤਾ। ਤੁਸੀਂ 10 ਲੱਖ ਰੁਪਈਆ ਸਿਰਾਣੇ ਰੱਖ ਲਓ ਵੀ ਰਾਤ ਨੂੰ ਕਿਤੇ ਕੋਈ ਚੋਰ ਚਕਾਰ ਨਾ ਆ ਜਾਵੇ। ਸੁਪਨੇ ਦੇ ਵਿੱਚ ਪਿਆਸ ਲੱਗਿਆ ਜੀ, ਉਹ ਕਹਿੰਦੇ ਜੀ ਇੱਕ ਆਨਾ ਦਿਓ, 10 ਪੈਸੇ ਦਿਓ, ਚਲੋ ਅੱਜ ਕੱਲ੍ਹ ਦੇ ਹਿਸਾਬ ਨਾਲ ਰੁਪਈਆ ਦੇ ਭਾਈ ਤਾਂ ਪਾਣੀ ਦਿਓ। ਹੁਣ ਉਹ ਰੁਪਈਆ ਨਹੀਂ ਉਹਨੂੰ ਲੱਭਦਾ, ਕਿਤੋਂ ਵੀ ਟੋਲਦਾ ਫਿਰਦਾ, ਉਹਨੂੰ ਤਾਂ ਨਹੀਂ ਯਾਦ ਵੀ ਮੇਰੇ ਸਿਰਾਣੇ ਥੱਲੇ 10 ਲੱਖ ਦਾ ਪਿਆ। ਉਹ ਭੁੱਲ ਜਾਂਦਾ ਆਦਮੀ। ਹੁਣ ਮਹਾਰਾਜ ਕਹਿੰਦੇ ਵੀ ਇਹ ਅਵਸਥਾ ਇਹ ਹੈ ਕਿ ਅਸੀਂ ਸੁੱਤੇ ਵੀ ਇਹ ਮਨ ਤੁਝੇ ਚਿਤਾਰ ਹੈ। ਸੌਣ ਵਾਲੀ ਅਵਸਥਾ ਕੀ ਕੋਈ ਕਵਿਤਾ ਦਾ ਅੱਖਰ ਪੂਰਾ ਕਰਨ ਵਾਸਤੇ ਕਿਹਾ ਜਾਂ ਕੋਈ ਰਿਐਲਿਟੀ ਹੈ? ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਕੋਈ ਚੀਜ਼ ਅਸੀਂ ਉਹ ਨਹੀਂ ਬੋਲੀ ਜਿਹੜੀ ਸੱਤ ਨਾ ਹੋਵੇ, ਅਰ ਸਾਡੇ ਵੱਲੋਂ ਹੈ ਨਹੀਂ, ਇਹ ਵਾਹਿਗੁਰੂ ਵੱਲੋਂ ਆਈ ਹੋਈ ਹੈ, ਅਨੇਕ ਭਾਵ ਦੇ ਨਾਲ ਆਈ ਹੋਈ ਹੈ। ਕਿਤੇ ਜਗਿਆਸੂ ਬਣ ਕੇ ਆਈ ਹੋਈ ਹੈ, ਕਿਤੇ ਬਿਰਹਿਨ ਬਣ ਕੇ ਆਈ ਹੋਈ ਹੈ, ਕਿਤੇ ਪਤੀਵਰਤਾ ਇਸਤਰੀ ਦੇ ਵਾਸਤੇ ਆਈ ਹੋਈ ਹੈ, ਕਿਤੇ ਕਿਸੇ ਤਰ੍ਹਾਂ ਨਾਲ, ਕਿਤੇ ਭਗਤਾਂ ਦੇ ਵਾਸਤੇ, ਕਿਤੇ ਦੰਡ ਦੇਣ ਵਾਸਤੇ, ਦੰਡ ਰੂਪ ਦੇ ਵਿੱਚ ਹੈ ਮਨਮੁੱਖਾਂ ਨੂੰ, ਪਾਪ ਕਰਨ ਵਾਲਿਆਂ ਨੂੰ। ਉਹ ਬਾਣੀ ਦੇ ਵਿੱਚ ਹੁਣ ਆ ਗਿਆ ਵੀ ਸੋਭਤ। ਹੁਣ ਇਹ ਰਿਐਲਿਟੀ ਆ ਵੀ ਸੋਭਤ ਤਾਂ ਮਹਾਰਾਜ ਨੇ ਲਿਖਤਾ ਵੀ ਜ਼ਰੂਰ ਕੋਈ ਐਸੀ ਅਵਸਥਾ ਹੈ ਜਿੱਥੇ ਸੁੱਤਾ ਪਿਆ ਵੀ ਬੰਦਾ ਪਰਮੇਸ਼ੁਰ ਨੂੰ ਚਿਤਾਰਦਾ। ਇਹ ਅੱਖਰ ਪੂਰਾ ਤਾਂ ਨਹੀਂ ਕਰਿਆ ਵੀ ਲਾਈਨ ਪੂਰਾ ਕਰਨ ਵਾਸਤੇ ਅੱਖਰ ਲਿਖ ਦਿੱਤਾ। ਅੱਜ ਕੱਲ੍ਹ ਦੇ ਸਾਡੇ ਗਿਆਨੀ ਤਾਂ ਕਹਿ ਦਿੰਦੇ ਨੇ ਵੀ ਮਹਾਰਾਜ ਨੇ ਵਜਨ ਪੂਰਾ ਕਰਨ ਵਾਸਤੇ ਸੋਭਤ ਵੀ ਲਿਖਤਾ ਵੀ ਇਹ ਸੱਤ ਨਹੀਂ ਹੈ, ਇਹ ਉਹਨਾਂ ਦਾ ਖਿਆਲ ਹੈ। ਲੇਕਿਨ ਮਹਾਂਪੁਰਸ਼ਾਂ ਨੂੰ ਇਸ ਗੱਲ ਦਾ ਅਨੁਭਵ ਹੈ। ਉਹ ਕੀ ਅਨੁਭਵ ਹੈ? ਉਹ ਕਹਿੰਦੇ ਉਹਨਾਂ ਨੂੰ ਨੀਂਦ ਨਹੀਂ ਆਇਆ ਕਰਦੀ ਜਿਹੜੀ ਸੰਸਾਰ ਨੂੰ ਆਇਆ ਕਰਦੀ ਹੈ। ਉਹਨਾਂ ਦੀ ਨੀਂਦ ਸੰਸਾਰ ਨਾਲੋਂ ਵੱਖਰੀ ਹੈ। ਉਹ ਜਿਹੜੇ ਨੇ ਉਹ ਜਾਗਦੇ ਨੇ, ਐਂ ਪੜ੍ਹ ਲਓ, ਨੀਂਦ ਨਾ ਸੋਵੇ ਐਨਸ ਜਾਗੇ, ਨੀਂਦ ਨਾ ਸੋਵੇ ਐਨਸ ਜਾਗੇ, ਨੀਂਦ
ਉਠਤ ਬੈਠਤ ਸੋਵਤ ਜਾਗਤ ਇਹ ਮੰਤਰ ਜੈ ਚਿਤਾਰ ਹੈ ਵੀ ਸੋਵਤ ਦੋ ਕੋਈ ਹੋਰ ਵੀ ਮਤਲਬ ਹੈ ਮਹਾਰਾਜ ਕਹਿੰਦੇ ਹਾਂ ਇੱਕ ਐਸੀ ਅਵਸਥਾ ਹੈ ਜਿੱਥੇ ਦਿਨੇ ਵੀ ਜਾਗਦਾ ਰਾਤ ਵੀ ਜਾਗਦਾ ਅਤੇ ਨੀਂਦ ਨਾਲ ਸੌਂਦਾ ਨਹੀਂ ਉਹਨੂੰ ਨੀਂਦ ਨਹੀਂ ਆਉਂਦੀ ਨਾ ਤਾਂ ਤਿੰਨਾਂ ਗੁਣਾਂ ਦੀ ਨੀਂਦ ਆਉਂਦੀ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਅਤੇ ਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿ ਗਿਆ ਨਾ ਸਰੀਰਕ ਨੀਂਦ ਆਉਂਦੀ ਆ ਹੁਣ ਇਹ ਡਾਕਟਰ ਕਹਿਣਗੇ ਵੀ ਉਹ ਪਾਗਲ ਹੋ ਜਾਏਗਾ ਜਿਹੜਾ ਸੌਂਦਾ ਹੀ ਇਹ ਬੜੀ ਇਹ ਜਿਹੜੇ ਗੁਰੂ ਸਾਹਿਬ ਨੇ ਅਕਸ਼ਰ ਵਰਤੇ ਨੇ ਨਾ ਇਹ ਮਿਹਰ ਕਵਿਤਾ ਨਹੀਂ ਹੈ ਇਹ ਦੇਖਣ ਵਾਲੀਆਂ ਚੀਜ਼ਾਂ ਨੇ ਇੱਕ ਵਾਰੀ ਮਹਾਰਾਜ ਜੀ ਨਾਲ ਮੇਰੀ ਬਾਤ ਹੋਈ ਮੈਂ ਮਹਾਰਾਜ ਇਸ ਤਰ੍ਹਾਂ ਰਾਤ ਨੂੰ ਜਦੋਂ ਤੁਸੀਂ ਪੈ ਜਾਂਦੇ ਹੋ ਕਹਿੰਦੇ ਤੇਰਾ ਕੀ ਖਿਆਲ ਹੋਵੇ ਸੌਂ ਜਾਂਦੇ ਹਾਂ ਮੈਂ ਕਿਹਾ ਮਹਾਰਾਜ ਸੌਣ ਵਾਸਤੇ ਹੀ ਪੈਂਦੇ ਹਾਂ ਕਹਿੰਦੇ ਬਿਲਕੁਲ ਗੱਲ ਕਹਿੰਦੇ ਅਸੀਂ ਸੌਂਦੇ ਨਹੀਂ ਅਸੀਂ ਸਰੀਰ ਛੱਡ ਕੇ ਉਹਨਾਂ ਪ੍ਰੇਮੀਆਂ ਕੋਲ ਫਿਰਦੇ ਹਾਂ ਜਿਹੜੇ ਸਾਨੂੰ ਯਾਦ ਕਰਦੇ ਦੂਜਾ ਸਵਾਲ ਮੈਂ ਜਦੇ ਕਰਦਾ ਮਹਾਰਾਜ ਜੇ ਸਰੀਰ ਛੱਡ ਕੇ ਜਾਓ ਤਾਂ ਫਿਰ ਸਰੀਰ ਮੁਰਦਾ ਹੋ ਜਾਂਦਾ ਦੁਬਾਰਾ ਐਂਟਰ ਕਿਵੇਂ ਹੋਵੇ ਕਹਿੰਦੇ ਇੱਕ ਸਿਲਵਰ ਕੋਡ ਹੁੰਦੀ ਹੈ ਉਹਦੇ ਨਾਲ ਮਹਾਤਮਾ ਦੇ ਸਰੀਰ ਨਾਲ ਜੁੜੇ ਰਹਿੰਦੇ ਨੇ ਉਹ ਡੈਡ ਨਹੀਂ ਹੁੰਦਾ ਉਹ ਜਿਉਂਦਾ ਰਹਿੰਦਾ ਸਰੀਰ ਇਸੇ ਕਰਕੇ ਮਹਾਂਪੁਰਸ਼ ਨੂੰ ਇੱਕਦਮ ਆਵਾਜ਼ ਦੇ ਕੇ ਨਾ ਜਗਾਓ ਉਹਨੇ ਆਪਣੀ ਮੌਜ ਨਾਲ ਆਪਣਾ ਕੰਮ ਕਰਕੇ ਆ ਜਾਣਾ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਮਾਤਾ ਜੀ ਕਹਿਣ ਲੱਗੇ ਤੁਲਸਾਂ ਬੇਟਾ ਜਾ ਗੁਰੂ ਨਾਨਕ ਉਹ ਸੁੱਤਾ ਪਿਆ ਉਹਨੂੰ ਜਗਾ ਲਿਆ
ਉਹ ਸ਼ਰਧਾਲੂ ਸੀ, ਉਹਨੇ ਕਿਹਾ ਗੁਰੂ ਨਾਨਕ ਜੇ ਸੌ ਗਿਆ ਤਾਂ ਦੁਨੀਆਂ ਦਾ ਕੀ ਬਣੂਗਾ। ਹੈਂ ਉਹ ਸ਼ਰਧਾ ਦੇ ਨਾਲ ਗਈ, ਜਾ ਕੇ ਕੀ ਦੇਖਦੇ ਹੈ ਵੀ ਸੁੱਖ ਦੇ ਵਿੱਚ ਪਏ ਨੇ। ਹਾਕ ਉਹ ਮਾਰਦੀ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ। ਉਸਨੇ ਮਸਤਕ ਅੰਗੂਠੇ ਦੇ ਨਾਲ ਲਾਤਾ, ਲੱਗਣ ਦੀ ਦੇਰ ਸੀ, ਬੱਜਰ ਕਪਾਟ ਤੜਾਕ ਦੇ ਗਏ ਖੁੱਲ੍ਹ ਕੇ, ਤੋ ਤੀਨ ਲੋਕ ਕੀ ਬਾਤੇ ਗਏ, ਇਹ ਮਨ ਛੋੜ ਜੋ ਉਨਮਨ ਰਹੇ, ਤੋ ਤੀਨ ਲੋਕ ਕੀ ਬਾਤੇ। ਭੂਤ ਭਵਿੱਖ ਅਤੇ ਵਰਤਮਾਨ ਨਾ ਉਹਦੇ ਵਾਸਤੇ ਰਹਿੰਦਾ, ਗੱਲ ਚੱਲ ਵੀ ਇਹ ਗੱਲਾਂ ਲੰਮੀਆਂ ਹੋ ਜਾਂਦੀਆਂ। ਮਹਾਤਮਾ ਜਿਹੜੇ ਨੇ ਉਹਨਾਂ ਨੂੰ ਪੁੱਛੋ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਣਾ, ਹੁਣ ਦੇਖੋ ਫਰਕ ਕਿੰਨਾ। ਜਿਹੜੇ ਤਾਂ ਪ੍ਰੋਫੈਸਰ ਨੇ, ਲਿਖਾਰੀ ਨੇ, ਹਿਸਟੋਰੀਅਨ ਨੇ, ਉਹ ਕਾਗਜ਼ ਭਾਲਦੇ ਫਿਰਨਗੇ ਵੀ ਕਿਸੇ ਨੇ ਲਿਖਿਆ ਹੋਵੇ, ਕਿਸੇ ਨੇ ਹੋਰ ਲਿਖਿਆ ਹੋਵੇ, ਕਿਸੇ ਹੋਰ ਲਿਖਿਆ ਹੋਵੇ, ਜਿੰਨਾ ਕੁ ਅਧੂਰਾ ਲਿਖਿਆ ਹੋਇਆ ਉਹਨੂੰ ਜੋੜ ਜਾੜ ਕੇ ਸਾਨੂੰ ਪੇਸ਼ ਕਰ ਦੇਣਗੇ। ਜੋੜਿਆ ਤਰੋੜੀ ਗੱਲ ਹੁੰਦੀ ਹੈ। ਮਹਾਤਮਾ ਦੇ ਕੋਲ ਇੱਕ ਵਿੱਦਿਆ ਹੈ, ਉਹ ਜਦੋਂ ਇਹ ਮਨ ਉਨਮਨੀ ਅਵਸਥਾ 'ਚ ਦਾਖਲ ਹੋ ਜਾਂਦਾ ਹੈ ਤਾਂ ਭੂਤ ਭਵਿੱਖ ਅਤੇ ਵਰਤਮਾਨ ਦਾ ਪਰਦਾ ਉਹਦੇ ਅੱਗਿਓਂ ਹਟ ਜਾਂਦਾ। ਉਹ ਹਜ਼ਾਰ ਸਾਲ ਦਾ ਜਿਹੜਾ ਹੋ ਚੁੱਕੀਆਂ ਨੇ ਬਾਕੀ ਸਾਰਿਆਂ ਨੂੰ ਖਿੱਚ ਕੇ ਪ੍ਰੈਜੈਂਟ ਟੈਂਸ 'ਚ ਕਨਵਰਟ ਕਰ ਲੈਂਦਾ, ਪ੍ਰੈਜੈਂਟ ਟੈਂਸ 'ਚ ਲਿਆ ਕੇ ਫਿਰ ਬੋਲਦਾ ਵੀ ਐਂ ਹੋਇਆ ਐਂ ਹੋਇਆ ਵੀ ਇਸ ਤਰ੍ਹਾਂ ਹੁੰਦਾ ਰਿਹਾ। ਇਤਿਹਾਸ ਨੇ ਜਿਸ ਵਕਤ ਵੇਦ ਵਿਆਸ ਜੀ ਨੂੰ ਕਿਹਾ ਗਿਆ ਵੀ ਉਹ ਟਾਕ ਜਿਹੜੀ ਕ੍ਰਿਸ਼ਨ ਮਹਾਰਾਜ ਨੇ ਕਰੀ ਸੀ ਅਰਜਨ ਦੇ ਨਾਲ, ਵੀ ਉਹ ਤਾਂ ਭੁੱਲ ਭੱਲ ਗਏ ਸਾਰੇ ਲੋਕ, ਕਿਰਪਾ ਕਰੋ ਆਪ ਤ੍ਰੈਕਾਲ ਦਰਸ਼ੀ ਹੋ, ਆਪ ਸਹੀ ਸਹੀ ਲਿਖਣ ਦਾ ਯਤਨ ਕਰੋ। ਉਸ ਵੇਲੇ ਆਪਨੇ ਮਹਾਂਭਾਰਤ ਦੇ ਯੁੱਧ ਵਾਲਾ ਸਮਾਂ ਖਿੱਚ ਲਿਆ, ਖਿੱਚ ਕੇ ਕੀ ਦੇਖਦੇ ਨੇ ਉਹ ਸਾਰਾ ਵਰਣਨ ਕਰਤਾ, ਜਿਹਦਾ ਰੂਪ ਅੱਜ ਗੀਤਾ ਸਾਨੂੰ ਮਿਲਦੀ ਹੈ। ਮਹਾਤਮਾ ਮਹਾਂਪੁਰਸ਼ ਈਸਾ ਜੀ ਅੱਜ ਤੋਂ 1700 ਸਾਲ ਅੱਗੇ ਆ ਗਏ, ਟਾਈਮ ਖਿੱਚ ਲਿਆ। ਬੜੇ ਹੈਰਾਨ ਹੋਏ, ਬੜੇ ਹੈਰਾਨ ਹੋਏ। ਦੂਜੇ ਦਿਨ ਫਿਰ ਹੋਏ ਅਤੇ ਮਰੀਦਾਂ ਨੇ ਪੁੱਛਿਆ ਕਿ ਮਹਾਰਾਜ ਆਪ ਕੱਲ੍ਹ ਵੀ ਬੜੀਆਂ ਝੁੰਝਣੀਆਂ ਲੈਂਦੇ ਸੀ ਅਤੇ ਅੱਜ ਵੀ ਲੈ ਰਹੇ ਹੋ, ਕੋਈ ਗੁਪਤ ਬਾਤ ਵਰਤ ਰਹੀ ਹੈ? ਕਹਿੰਦੇ ਬਹੁਤ ਵਧੀਆ ਬਾਤ ਹੋ ਰਹੀ ਹੈ। ਕਹਿੰਦੇ ਕੀ? ਕਹਿੰਦੇ ਆ ਪੂਰਬ ਦੇ ਵਿੱਚ ਇੱਕ ਵੱਡੀ ਲਾਈਟ ਆ ਰਹੀ ਹੈ, 1700 ਸਾਲ ਨੂੰ ਆਏਗੀ। ਕਹਿੰਦੇ ਘੋੜਾ ਹੈ, ਉਹਦੇ ਉੱਤੇ ਸਵਾਰ ਹੈ ਅਤੇ ਕਮਾਨ ਲੱਗੀ ਹੋਈ ਹੈ, ਪੱਥਾ ਹੈ ਪਿੱਛੇ ਅਤੇ ਸ੍ਰੀ ਸਾਹਿਬ ਹੈ ਅਤੇ ਕਲਗੀ ਲੱਗੀ ਹੋਈ ਹੈ, ਹੈ ਪਰਮੇਸ਼ਰ ਦਾ ਰੂਪ ਅਤੇ ਉਹਨੂੰ ਸੱਚਾ ਪਾਤਸ਼ਾਹ ਕਿਹਾ ਕਰਨਗੇ। ਟਰੂ ਟਰੂ ਕਿੰਗ ਲਿਖਿਆ ਹੋਇਆ, ਕੱਢ ਲਓ ਬਾਈਬਲ 'ਚ, ਮੈਂ ਇਹਦੇ 'ਚ ਦਿੱਤੀਆਂ ਹੋਈਆਂ ਨੇ ਸਾਰੀਆਂ ਗੱਲਾਂ ਲੇਖ ਦੇ ਵਿੱਚ। ਦੋ ਵਾਰੀ ਆਇਆ, ਰਿਸ਼ੀ ਬੈਠੇ ਨੇ, ਸਮਾਧੀ ਲੱਗੀ ਹੋਈ ਹੈ, ਭਵਿਸ਼ਿਤ ਪ੍ਰਾਣ ਲਿਖਾ ਰਿਹਾ ਵੀ ਫਿਰ ਕੀ ਹੋਏਗਾ, ਫਿਰ ਕੀ ਹੋਏਗਾ। ਉਹਦੇ 'ਚ ਲਿਖਦਾ ਵੀ ਜਿਸ ਵਕਤ ਕਲਯੁੱਗ ਦੇ ਵਿੱਚ ਹਨੇਰਾ ਪੈ ਜਾਏਗਾ, ਸਿਧਾਂਤ ਪਰਮੇਸ਼ਰ ਦਾ ਅਲੋਪ ਹੋ ਜਾਏਗਾ, ਉਸ ਵੇਲੇ ਪੱਛਮ ਦੇ ਵਿੱਚ, ਭਾਰਤ ਵਰਸ਼ ਦੇ ਪੱਛਮ ਦੇ ਵਿੱਚ ਇੱਕ ਬਹੁਤ ਮਹਾਨ ਆਤਮਾ ਆਏਗੀ ਜਿਹਦਾ ਨਾਂ ਨਾਨਕ ਹੋਏਗਾ ਅਤੇ ਉਹ ਸੰਸਾਰ ਦਾ ਉਧਾਰ ਕਰੇ। ਨਾਨੂ ਪੰਡਿਤ ਜਿਹੜਾ ਸੀ ਉਹਨੇ ਕਿਹਾ ਮੈਂ ਆਇਆ,
ਪਰ ਜਦੋਂ ਕੁਰਸ਼ੇਤਰ ਦੇ ਵਿੱਚ ਗੁਰੂ ਸਾਹਿਬ ਨਾਲ ਬਚਨ ਕੀਤੇ, ਚਰਨਾਂ 'ਤੇ ਢਹਿ ਪਿਆ, ਵੀ ਪਾਤਸ਼ਾਹ ਤੂੰ ਹੀ ਆ ਜਿਹੜਾ ਭਵਿਸ਼ਿਤ ਪ੍ਰਾਂਤ 'ਚ ਲਿਖਿਆ ਹੋਇਆ, ਮੈਂ ਨਹੀਂ ਹਾਂ। ਉਹ ਕੀ ਹੈ ਕਿ ਮਹਾਤਮਾ ਖਿੱਚ ਲਿਆ ਕਰਦੇ ਨੇ, ਭੂਤ ਵਿਖਤ ਵਰਤਮਾਨ ਖਿੱਚ ਕੇ ਪ੍ਰੈਜੈਂਟ ਟੈਂਸ 'ਚ ਕਰ ਲੈਂਦੇ ਨੇ, 10,000 ਨੂੰ ਖਿੱਚ ਕੇ ਪ੍ਰੈਜੈਂਟ ਟੈਂਸ 'ਚ ਲੈ ਕੇ ਦੇਖ ਲੈਂਦੇ ਨੇ, ਫਿਰ ਬੋਲਦੇ ਨੇ। ਸੋ ਉਹ ਇੱਕ ਅਵਸਥਾ ਹੁੰਦੀ ਹੈ। ਅਤੇ ਉਸ ਵੇਲੇ ਇਹਨੇ ਤੁਲਸਾ ਦਾਸੀ ਨੇ ਜਿਸ ਵਕਤ ਮਸਤਕ ਲਾਇਆ ਗੁਰੂ ਨਾਨਕ ਪਾਤਸ਼ਾਹ ਦੇ ਅੰਗੂਠੇ ਦੇ ਨਾਲ, ਇਹਦੀ ਸੁਰਤ ਉਨਮਨੀ ਦੇ ਵਿੱਚ ਚਲੀ ਗਈ, ਇਹ ਮਨ ਛੋੜ ਜਾਓ ਉਨਮਨ ਜਾ ਤਾਂ ਤੀਨ ਲੋਕ ਕੀ ਬਾਤੇ ਗਏ। ਹੁਣ ਉਹ ਆ ਗਈ ਉਹ ਜਿਵੇਂ ਵਾਪਸ, ਮਾਤਾ ਜੀ ਕਹਿੰਦੇ ਤੂੰ ਜਗਾਇਆ ਨਾ, ਕਹਿੰਦੇ ਮਾਤਾ ਜੀ ਇਹ ਸੁੱਤੇ ਹੁਣ ਤਾਂ ਮੈਂ ਜਗਾਵਾਂ, ਮੇਰਾ ਗੁਰੂ ਨਾਨਕ ਤਾਂ ਕਦੇ ਸੌਂਦਾ ਨਹੀਂ ਹੈ। ਕਹਿੰਦੀ ਹੈ, ਕਹਿੰਦੀ ਕੀ ਕਰਦਾ? ਕਹਿੰਦੇ ਇੱਕ ਕੋਈ ਗੁਰਸਿੱਖ ਹੈ ਜਿਸਦਾ ਨਾਮ ਮਨਸੁਖ ਹੈ, ਉਹਦਾ ਜਹਾਜ਼ ਡਿੱਗ ਡੋਲੇ ਖਾ ਰਿਹਾ ਇਸ ਵੇਲੇ ਪਾਣੀ ਦੇ ਵਿੱਚ, ਅਤੇ ਮੇਰੇ ਸਤਿਗੁਰੂ ਹੱਥ ਦਾ ਸਹਾਰਾ ਦੇ ਕੇ ਉਹ ਜਹਾਜ਼ ਨੂੰ ਤੋਰ ਰਹੇ ਨੇ। ਮਾਤਾ ਜੀ ਜੇ ਮੈਂ ਜਗਾ ਲਿਆ ਤਾਂ ਉਹ ਜਹਾਜ਼ ਡੁੱਬ ਜਾਵੇਗਾ। ਉਹਨੂੰ ਸਾਮਰ ਤੱਕ ਨਜ਼ਰ ਆਉਂਦਾ, ਸਾਹਮਣੇ ਹੀ ਆਉਂਦਾ ਵੀ ਆਹ ਜਹਾਜ਼ ਜਾ ਰਿਹਾ, ਅਤੇ ਮਹਾਰਾਜ ਦਾ ਦਸਤੇ ਮੁਬਾਰਕ ਲੱਗਿਆ ਹੋਇਆ। ਖੈਰ ਮਾਤਾ ਜੀ ਨੇ ਰੰਜ ਮੰਨਿਆ ਇਸ ਗੱਲ ਦਾ, ਗੁਰੂ ਮਹਾਰਾਜ ਨੂੰ ਕਿਹਾ ਉੱਠੇ, ਕਹਿੰਦੇ ਨਾਨਕ ਅੱਗੇ ਤਾਂ ਤੈਨੂੰ ਲੋਕ ਇਹ ਕਹਿੰਦੇ ਨੇ, ਸਧਾਰਨ ਅੱਜ ਤਾਂ ਤੇ ਘਰ ਵਾਲੇ ਵੀ ਕਹਿਣ ਲੱਗ ਗਏ। ਆਹ ਤੁਲਸਾ ਨੇ ਐਂ ਕਿਹਾ, ਕਹਿੰਦੇ ਇਹ ਤਾਂ ਝੱਲੀ ਆ, ਜਦੇ ਬਾਤ ਬੇਬੇ ਨਾਨਕੀ ਨੇ ਕਿਹਾ ਵੀਰ ਕਹਾ ਨਾ ਕੋਈ ਬਚਨ ਕਰ, ਗਾਹ ਨਾ ਬਚਨ ਕਰਦੀ। ਕਹਿੰਦੇ ਬੀਬੀ ਇਹ ਅਸੀਂ ਝੱਲੀ ਕਰੀਏ, ਰੂਹਾਨੀ ਗੱਲਾਂ ਗਾਹਾਂ ਲੀਕ ਆਊਟ ਨਹੀਂ ਕਰੂਗੀ, ਲੇਕਿਨ ਕਿਰਿਆ ਇਹਦੀ ਸ਼ੁੱਧ ਹੋਏਗੀ। ਸੋ ਮਹਾਤਮਾ ਹੁਣ ਮਹਾਰਾਜ ਸੁੱਤੇ ਤਾਂ ਨਹੀਂ ਪਏ, ਉਹ ਤਾਂ ਕੰਮ ਕਰ ਰਹੇ। ਸੋ ਮਹਾਰਾਜ ਜੀ ਕਹਿਣ ਲੱਗੇ, ਅਸੀਂ ਐਂ ਨਹੀਂ ਪੈਂਦੇ ਹੈਗੇ, ਸਾਡੇ ਮੂਹਰੇ ਪ੍ਰੋਗਰਾਮ ਹੁੰਦਾ, ਕੋਈ ਪਹਾੜਾਂ ਦੀਆਂ ਚੋਟੀਆਂ 'ਤੇ ਬੈਠਾ ਯਾਦ ਕਰਦਾ, ਕੋਈ ਅਮਰੀਕਾ 'ਚ ਬੈਠਾ, ਕੋਈ ਉੱਥੇ ਬੈਠਾ, ਕਿਸੇ ਨੂੰ ਅਸੀਂ ਸੁਪਨੇ ਦੇ ਵਿੱਚ ਦੱਸਦੇ ਹਾਂ, ਕਿਸੇ ਨੂੰ ਅਸੀਂ ਜਾਗਦੇ ਨੂੰ ਦਰਸ਼ਨ ਦਿੰਦੇ ਹਾਂ। ਸੋ ਐ ਨਹੀਂ ਜਾਗਿਆ, ਨੀਂਦ ਨਾ ਸੋਵੇ, ਨਹੀਂ ਸੌਂਦਾ। ਉਹ ਕਿਵੇਂ ਹੁੰਦਾ ਪੋਸੀਬਲ, ਇਹਦੇ ਬਾਰੇ ਕਹਿਣਾ ਔਖਾ ਹੈ, ਨਿਜਲਾ ਤਜਰਬਾ ਵੀ ਦੱਸਣਾ ਬਹੁਤ ਔਖਾ। ਮੈਂ ਪਰ ਡੈਫੀਨੇਟਲੀ ਇਹ ਕਹਿ ਦਿੰਦਾ, ਇੱਕ ਅਵਸਥਾ ਹੈ ਜਿੱਥੇ ਸਰੀਰ ਸੌਂ ਜਾਂਦਾ ਲੇਕਿਨ ਸੁਰਤ ਨਹੀਂ ਸੌਂਦੀ, ਸੁਰਤ ਉਵੇਂ ਜਿਵੇਂ ਜਾਗਦੀ ਰਹਿੰਦੀ ਹੈ, ਉੱਥੇ ਅਗਿਆਨ ਨਹੀਂ ਆਉਂਦਾ ਕਦੇ ਵੀ। ਉਹ ਜਿਹੜੀ ਸੁਰਤ ਜਾਗਦੀ ਹੈ, ਸਰੀਰ ਸੌਂਦਾ, ਦੋਵੇਂ ਅੱਡ ਅੱਡ ਹੋ ਜਾਂਦੇ ਨੇ। ਸੁਰਤ ਆਪਣਾ ਕੰਮ ਕਰਦੀ ਰਹਿੰਦੀ ਹੈ, ਸਰੀਰ ਸੁੱਤਾ, ਇਹ ਆਰਾਮ ਕਰ ਲੈਂਦਾ ਪੂਰਾ, ਇਹਨੂੰ 6 ਘੰਟੇ ਨਾਲ ਉਠਾਓ, 8 ਨਾਲ, ਇਹਦਾ ਨੇਮ ਨਹੀਂ ਕੋਈ ਹੈ। ਉਹ ਸੁਰਤ ਜਾਗਦੀ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥਾ ਹੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥਾ ਆਤਮ ਰਾਮ ਪ੍ਰਕਾਸ਼। ਚਾਰ ਚੀਜ਼ਾਂ ਮਹਾਰਾਜ ਨੇ ਲਿਖਿਆ ਇੱਥੇ, ਵੀ ਜਿਹਦਾ ਚੜ੍ਹ ਗਿਆ ਨਾ ਦਸਵੇਂ 'ਚ, ਗੁਰਮੁਖ ਸਹਿਜ ਦੇ ਅਵਸਥਾ ਪ੍ਰਾਪਤ ਹੋ ਕੇ ਦਸਵੇਂ ਵਿੱਚ ਨਿਵਾਸ ਕਰ ਲਿਆ, ਉੱਥੇ ਊਂਘ ਅਤੇ ਭੁੱਖ ਦੋਏ ਚੀਜ਼ਾਂ ਨਹੀਂ ਆਉਂਦੀਆਂ, ਬਿਨਾਂ ਖਾਧੇ ਉਹ ਨੰਗਾ ਲੈਂਦਾ। ਭਾਈ ਰਣਧੀਰ ਸਿੰਘ ਜੀ 89 ਦਿਨ ਕੁਛ ਨਾ ਮੂੰਹ 'ਚ ਪਾਇਆ, ਰੋਜ਼ ਤੋਲਿਆ ਕਰਨ, ਵਜਨ ਘਟਿਆ ਹੀ ਨਾ, 89 ਦਿਨ ਨਾ ਘਟਿਆ। ਉਹ ਆਧਾਰ ਕਾਹਦਾ ਸੀ,
ਕਹਿੰਦੇ ਸੰਤਾਂ ਨੂੰ ਨਾਮ ਦਾ ਆਧਾਰ ਹੁੰਦਾ, ਸਾਚ ਨਾਮ ਆਧਾਰ, ਮੇਰਾ ਆਧਾਰ ਹੈ ਸੱਚਾ ਨਾਮ। ਉਹਨੇ ਸਾਰੀਆਂ ਮਨ ਦੀਆਂ ਭੁੱਖਾਂ ਦੂਰ ਕਰ ਦਿੱਤੀਆਂ, ਤਨ ਦੀਆਂ ਭੁੱਖਾਂ ਦੂਰ ਕਰ ਦਿੱਤੀਆਂ। ਸੋ ਇੱਕ ਅਵਸਥਾ ਹੈ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਜਿੱਥੇ ਊਂਘ ਨਾ ਭੁੱਖ ਹੈ, ਨਾ ਊਂਘ ਹੈ ਨਾ ਭੁੱਖ ਹੈ, ਕਿਉਂਕਿ ਉੱਥੇ ਨਾਮ ਦੀ ਬਾਰਿਸ਼ ਹੋ ਰਹੀ ਹੈ। ਅਤੇ ਜਿੱਥੇ ਆਤਮਾ ਪ੍ਰਕਾਸ਼ ਹੋ ਗਿਆ, ਸਰੀਰ ਦਾ ਅਧਿਆਸ ਛੱਡਦਾ ਨਾ, ਅਤੇ ਆਤਮ ਮੰਡਲ 'ਚ ਪ੍ਰਵੇਸ਼ ਕਰ ਗਿਆ, ਉੱਥੇ ਦੁੱਖ ਅਤੇ ਸੁੱਖ ਦੀ ਪਰਿਭਾਸ਼ਾ ਖਤਮ ਹੋ ਜਾਂਦੀ ਹੈ। ਦੁੱਖ ਨਾਹੀਂ, ਸਭ ਸੁੱਖ ਹੀ ਹੈ। ਮਹਾਰਾਜ ਨੇ ਕਹਿ ਦਿੱਤਾ ਦੁੱਖ ਹੈ ਹੀ ਨਹੀਂ, ਸੁੱਖ ਹੈ। ਬੰਦੇ ਬਹਾਦਰ ਦਾ ਜਿਸ ਵਕਤ ਅੰਤ ਸਮਾਂ ਆਇਆ, ਉਸ ਵੇਲੇ ਜਮੂਰਾਂ ਨਾਲ ਮਾਸ ਕੱਢ ਰਹੇ, ਪਹਿਲਾਂ ਦੋ ਅੱਖਾਂ ਕੱਢਤੀਆਂ, ਉਹਦੇ ਬਾਅਦ ਗਰਮ ਗਰਮ ਪੱਠੀ ਅੰਗੀਠੀ 'ਤੇ ਰੱਖੇ ਹੋਏ ਨੇ, ਉਹ ਬਦਲ ਬਦਲ ਕੇ ਫੜ ਫੜ ਕੇ ਫੜਾਈ ਜਾਂਦੇ ਨੇ। ਉਹ ਮਾਸ ਦੇ ਕੋਲ ਲੈ ਜਾਂਦੇ ਨੇ ਜਮੂਰ, ਜਿੰਨੇ ਮਾਸ ਆ ਜਾਂਦਾ ਜਲ ਜਾਂਦਾ, ਨਾਲੇ ਅਤੇ ਪੱਟ ਉਖੜ ਜਾਂਦਾ। ਉਹ ਨਾ ਹੈ ਨਾ ਸੀ ਕੁਛ ਨਹੀਂ, ਆਰਾਮ ਨਾਲ ਬੈਠਾ ਬੰਦਾ ਬਾਅਦ। ਉਹ ਜਿਹੜਾ ਵਜ਼ੀਰ ਬੈਠਾ ਕੋਲ, ਕਹਿਣ ਲੱਗਿਆ ਬੰਦਾ ਬਹਾਦਰ, ਇੱਕ ਗੱਲ ਅਜੀਬ ਹੋ ਰਹੀ ਹੈ, ਤੈਨੂੰ ਇੰਨਾ ਟੋਰਚਰ ਕੀਤਾ ਜਾ ਰਿਹਾ, ਤੂੰ ਹਾਏ ਹੋ ਬੂ ਨਹੀਂ ਕਹਿੰਦਾ, ਕੁਛ ਹਾਏ ਹੋਏ ਮਰ ਗਿਆ ਹੋਏ, ਦਵਾਈ ਹੋਏ ਕੁਛ ਨਹੀਂ ਕਹਿ ਰਿਹਾ, ਇਹ ਭੇਤ ਤਾਂ ਸਾਨੂੰ ਦੇ ਜਾ। ਉਹ ਕਹਿਣ ਲੱਗੇ ਭੇਤ ਕਾਹਦਾ ਹੈ, ਮੈਂ ਦੇਹ ਨਹੀਂ ਹਾਂ, ਮੈਂ ਆਤਮਾ ਹਾਂ। ਅਸੀਂ ਤਾਂ ਕਹਿੰਦੇ ਨਾ ਥਰੋਟੀਕਲੀ ਵੀ ਮੈਂ ਆਤਮਾ, ਮੈਂ ਤਾਂ ਆਤਮਾ ਬਣਦਾ ਨਹੀਂ ਹੈ ਜਦ ਤੱਕ ਦੇਹ ਦੇ ਹੱਥ ਨਹੀਂ ਟੁੱਟਦਾ। ਉਹ ਕਹਿੰਦਾ ਮੈਂ ਵੀ ਦੇਖ ਰਿਹਾ ਵੀ ਕੋਠਾ ਜਿਹੜਾ ਮੇਰਾ ਸੀ ਇਹ ਤੋੜਿਆ ਜਾ ਰਿਹਾ, ਤੁਸੀਂ ਵੀ ਦੇਖ ਰਹੇ ਹੋ, ਮੈਂ ਸਾਕੀ ਰੂਪ ਹੋ ਕੇ ਦੇਖ ਰਿਹਾ। ਕਹਿੰਦੇ ਤੈਨੂੰ ਦੁੱਖ ਸੁੱਖ ਨਹੀਂ ਵਿਆਪਦਾ? ਕਹਿੰਦੇ ਉਹ ਗੱਲ ਤਾਂ ਮੈਂ ਉੱਪਰ ਲੰਘ ਗਿਆ ਜਿੱਥੇ ਦੁੱਖ ਸੁੱਖ ਫੀਲ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਇੱਕ ਐਸੀ ਅਵਸਥਾ ਹੈ ਕਿ ਆਦਮੀ ਸੁੱਤਾ ਪਿਆ ਵਾਹਿਗੁਰੂ ਦਾ ਉਵੇਂ ਜਿਵੇਂ ਗਿਆਨ ਰਹਿੰਦਾ, ਜਿਵੇਂ ਜਾਗਦੇ ਨੂੰ ਰਹਿੰਦਾ। ਉਹ ਐ ਨਹੀਂ ਆ ਵੀ ਉਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੋਈ ਜਾਂਦਾ, ਬਿਲਕੁਲ ਗਲਤ ਹੈ, ਉਹਨੂੰ ਸਾਰੀ ਸੁਰਤ ਹੁੰਦੀ ਹੈ। ਸੁੱਤਾ ਹੋਇਆ ਜੁੜਿਆ ਰਹਿੰਦਾ ਨਾਮ ਧੁੰਮ ਦੇ ਨਾਲ, ਸਰੀਰ ਸੁੱਤਾ ਹੈ ਅੰਦਰ ਜਾਗ ਹੈ। ਸੋ ਇਹ ਇਸ ਗੱਲ ਨੂੰ ਗੁਰੂ ਮਹਾਰਾਜ ਕਹਿੰਦੇ ਨੇ, ਉਠਤ ਬੈਠਤ ਸੋਵਤ ਜਾਗਤ ਇਹ ਬੰਦ ਤੋਂ ਜਾ ਚਿਤਾਰੇ। ਇਹ ਜਿਹੜਾ ਮਨ ਹੈ ਤੇਰੇ ਨੂੰ ਤੈਨੂੰ ਚਿਤਾਰਦਾ, ਕਿਉਂਕਿ ਤੈਨੂੰ ਤਾਂ ਚਿਤਾਰਦਾ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਤੂੰ ਮੇਰੇ ਪ੍ਰਾਣ ਆਧਾਰ ਹੈ ਪ੍ਰਭ ਜੀ। ਉਹ ਮੇਰੇ ਪਰਦਾਰਾ
ਟੁੱਟ ਜਾਵੇ ਸੁੱਤੇ ਪਏ ਦਾ ਤਾਂ ਖਤਮ ਹੋ ਗਿਆ। ਸੋ ਇਹ ਜਿਹੜਾ ਮਹਾਰਾਜ ਨੇ ਅੱਖਰ ਅੱਖਰ ਲਿਖਿਆ, ਇਹ ਕਵੀ ਕੁਵੀਆਂ ਦੀ ਬਾਤ ਨਹੀਂ, ਮਹਾਂਮੂਰਖ ਬੰਦੇ ਨੇ ਜਿਹੜੇ ਬਾਣੀ ਨੂੰ ਕਵਿਤਾ ਕਹਿੰਦੇ, ਬਿਲਕੁਲ ਨਾਸਤਕ। ਕਵਿਤਾ ਬੁੱਧੀ ਮੰਡਲ ਦੀ ਕੈਦ ਵਿੱਚੋਂ, ਹੱਥ ਦੇ ਵਿੱਚੋਂ ਪੈਦਾ ਹੁੰਦੀ ਹੈ ਬਾਣੀ। ਜਿੱਥੇ ਬੁੱਧੀ ਜਲ ਜਾਂਦੀ ਹੈ, ਜਿਹਨਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ। ਉਹਨਾਂ ਉਚਾਈਆਂ 'ਤੇ ਕਹੋ ਕਬੀਰ ਬੁੱਧ ਬਦਲੀ ਮੇਰੀ, ਬੁੱਧ ਬਦਲੀ ਸੁੱਤ ਸਿੱਧ ਪਾਈ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਤਿੱਥਾ ਘੜੀਐ ਸਰਸਤਾ ਜੀ। ਹੁਣ ਉੱਥੇ ਜਿਹੜੀ ਅਨੁਭਵ ਦੇ ਵਿੱਚੋਂ ਬਾਣੀ ਆਉਣੀ ਹੈ, ਉਹ ਆ ਕਿੱਥੋਂ ਰਹੀ ਹੈ? ਉਸ ਦੇਸ਼ ਤੋਂ ਆ ਰਹੀ ਹੈ ਜਿਹਨੂੰ ਉਹ ਗਮ ਅਤੇ ਗੋਚਰ ਦਾ ਦੇਸ਼ ਕਹਿੰਦੇ ਨੇ, ਜਿਹਦਾ ਰੂਪ ਰੰਗ ਰੇਖ ਭੇਖ ਕੋਈ ਨਹੀਂ ਹੈ, ਸੱਚਖੰਡ ਵਸਾ ਨਿਰੰਕਾਰ ਕਰ ਕਰ ਵੇਖਾ ਨਾ। ਉੱਥੋਂ ਬਾਣੀ ਰਲੇ ਹੁੰਦੀ ਹੈ, ਉਸ ਅੰਤਰਸ਼ਕਰਨ ਦੇ ਵਿੱਚੋਂ ਰਲੇ ਹੁੰਦੀ ਹੈ, ਜਿਹੜਾ ਅੰਤਰਸ਼ਕਰਨ ਬਿਲਕੁਲ ਪਿਓਰੀਫਾਈ ਹੋ ਕੇ ਅਗਮ ਦੇ ਨਾਲ ਇੱਕ ਮਿਕ ਹੋਇਆ ਹੋਇਆ, ਉੱਥੇ ਅਗਮ ਬੋਲਦਾ ਕਿ ਉੱਥੇ ਮੈਂ ਨਹੀਂ ਹੈ। ਉਹ ਜਿਹੜੀ ਆਉਂਦੀ ਹੈ ਉਹ ਸੱਤ ਦੀ ਬਾਣੀ ਆਉਂਦੀ ਹੈ, ਉਹ ਸਾਰਾ ਕੁਝ ਸੱਤ ਹੁੰਦਾ, ਸੱਤ ਬਚਨ ਸਾਧੂ ਕਹੇ, ਉਹਦੇ 'ਚ ਕਲਪਨਾ ਨਹੀਂ ਹੁੰਦੀ ਨਾ ਉਹ ਕੱਟੀ ਜਾਂਦੀ ਹੈ। ਕਦੇ ਵੀ ਸਵੇਰੇ ਐਂ ਲਿਖਿਆ ਸੀ, ਰਾਤ ਨੂੰ ਐਂ ਲਿਖਿਆ, ਸਵਾਮੀ ਜੀ ਲਿਖਦੇ ਨੇ ਕਿ ਮੈਂ ਟੈਗੋਰ ਦੇ ਘੁਲ ਰਿਹਾ, ਬਹੁਤ ਨੇੜੇ ਲੱਗ ਗਿਆ ਮੈਂ ਉਹਦੇ, ਅੰਦਰ ਵੀ ਮੈਂ ਜਾਣਾ ਸ਼ੁਰੂ ਕਰ ਦਿੱਤਾ। ਕਹਿੰਦੇ ਉਹ ਕਵਿਤਾ ਲਿਖਦੇ ਸੀ ਰਾਤ ਨੂੰ, ਕਾਗਜ਼ ਰੱਖਿਆ ਪਿਆ ਸਰਾਣੇ। ਦੂਜੇ ਦਿਨ ਮੈਂ ਸਵੇਰੇ ਕੀ ਦੇਖਦਾ, ਉਹਦੇ 'ਚੋਂ ਅੱਧੀਆਂ ਲਾਈਨਾਂ ਕੱਟ ਕੇ ਦੁਬਾਰਾ ਲਿਖੀਆਂ ਹੋਈਆਂ। ਇਹ ਉਹ ਮੰਡਲ ਨਹੀਂ ਸੀ ਪ੍ਰਾਪਤ ਹੋਇਆ ਜਿੱਥੇ ਬਾਣੀ ਆਉਂਦੀ ਹੈ, ਕਵਿਤਾ ਸੀ ਬੁੱਧੀ ਮੰਡਲ ਦੀ ਅਖੀਰ ਦੇ ਉੱਤੇ ਜਾ ਕੇ, ਜਿੱਥੇ ਬੁੱਧੀ ਮੰਡਲ ਅਤੇ ਸੁੱਧ ਦਾ ਮੇਲ ਹੁੰਦਾ ਉਸ ਥਾਂ ਤੋਂ ਆਉਂਦਾ ਸੀ ਉਹਦੇ ਅੰਦਰ ਵੀ। ਪਰ ਉਹਦਾ ਬਲ ਅਤੇ ਪ੍ਰੇਰਨਾ ਦਾ ਸਰੋਤ ਕੀ ਸੀ? ਉਹ ਵਿੱਦਿਆ ਸੀ ਜਿਹੜੀ ਪੜ੍ਹੀ ਹੋਈ ਸੀ। ਮਹਾਤਮਾ ਦੇ ਅੰਦਰ ਜਿਹੜਾ ਹੁੰਦਾ ਉਹ ਵਿੱਦਿਆ ਦਾ ਸਰੋਤ ਉਹਦੀ ਵਿੱਦਿਆ ਨਹੀਂ ਹੁੰਦੀ, ਨਾ ਕੋਈ ਵੇਦ ਹੁੰਦਾ। ਕਮਲੇ ਆਦਮੀ ਕਹਿੰਦੇ ਨੇ ਜੀ ਗੁਰੂ ਨਾਨਕ ਸਾਹਿਬ ਨੇ ਇਨਫਲੂਐਂਸ ਵੇਦਾਂ ਤੋਂ ਲਿਆ ਜੀ, ਕੁਰਾਨ ਸ਼ਰੀਫ ਤੋਂ ਲਿਆ। ਉੱਥੇ ਤਾਂ ਹੈ ਹੀ ਨਹੀਂ, ਨਾ ਵੇਦ ਹੈ ਨਾ ਕੁਰਾਨ ਸ਼ਰੀਫ ਹੈ, ਉੱਥੇ ਤਾਂ ਨਿਰੋਲ ਅਨੁਭਵ ਹੈ। ਉਹ ਅਨੁਭਵ ਦੇ ਵਿੱਚੋਂ ਜੋ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇਣਾ। ਸੋ ਇਹ ਫਰਕ ਨੇ ਸਾਧ ਸਿੰਘ ਜੀ ਅੰਦਰੇ ਥੋੜ੍ਹੇ ਥੋੜ੍ਹੇ। ਸੋ ਇਸ ਤਰ੍ਹਾਂ ਦੇ ਨਾਲ ਆਧਾਰ ਮਹਾਰਾਜ ਕਹਿੰਦੇ ਵੀ ਹੇ ਵਾਹਿਗੁਰੂ ਤੋਂ ਮੇਰੇ ਪ੍ਰਾਣਾ ਦਾ ਆਧਾਰ ਹੈ। ਹੁਣ ਕਿਉਂਕਿ ਸਮਾਂ ਜਾਤ ਨਹੀਂ ਦਿੰਦਾ, ਪਹਿਲਾਂ ਵੀ ਕਈ ਦਿਨ ਹੋ ਗਏ ਇਸੇ ਇੱਕੋ ਵਚਨ ਦੇ ਉੱਤੇ ਬੋਲਦੇ ਹਨ। ਮਹਾਰਾਜ ਨੇ ਕਿਰਪਾ ਕਰੀ, ਐਤਵਾਰ ਨੂੰ ਫਿਰ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਗੱਲ ਸਾਡੇ ਸਮਝ 'ਚ ਪੈ ਜਾਵੇ ਆਧਾਰ ਕੀ ਹੁੰਦਾ। ਸੋ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਦੇ ਵਿੱਚ ਬੋਲੋ, ਆਪਣੀ ਰਸਨਾ ਪਵਿੱਤਰ ਕਰੋ। ਕੱਲ੍ਹ ਦਾ ਜੋ ਪ੍ਰੋਗਰਾਮ ਹੈ ਤੁਹਾਨੂੰ ਦੱਸ ਦਿੱਤਾ ਜਾਏਗਾ, ਕਿਉਂਕਿ ਗੁਰਪੁਰਬ ਹੈ ਕੱਲ੍ਹ। ਪਿਛਲੀ ਵਾਰੀ ਅਨਾਊਂਸ ਹੋ ਗਿਆ ਸੀ ਵੀ ਰਤਵਾੜਾ ਸਾਹਿਬ ਗੁਰਪੁਰਬ ਮਨਾਇਆ ਜਾਏਗਾ, ਸ਼ਬੀਰ ਵੀ ਹੋਵੇਗੀ, ਗੁਰਪੁਰਬ ਵੀ ਹੋਏਗਾ, ਕਿਉਂਕਿ ਪਹਿਲਾਂ ਵੀ ਆਪਾਂ ਮਨਾਉਂਦੇ ਤੁਰੇ ਆਏ ਹਾਂ। ਸੋ ਬੀਬੀ ਜੀ ਦਾ ਖਿਆਲ ਸੀ ਵੀ ਅੱਜ ਸੰਗਤ ਅੱਜ ਸੁਣਦੀ ਹੈ, ਕੱਲ੍ਹ ਨੂੰ ਛੁੱਟੀ ਨਹੀਂ, ਮੇਰਾ ਖਿਆਲ ਹੈ ਸ਼ਾਇਦ ਛੁੱਟੀ ਹੋਵੇ, ਕਿਉਂਕਿ ਐਡੇ ਗੁਰਪੁਰਬ ਦੀ ਤਾਂ ਛੁੱਟੀ ਹੋਇਆ ਹੀ ਕਰਦੀ ਹੈ। ਸੋ ਉਹ ਪ੍ਰੋਗਰਾਮ ਤੁਹਾਨੂੰ ਦੱਸ ਦੇਣਗੇ। ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਵਿੱਚ ਬੋਲੋ, ਬਾਕੀ ਹੈ ਜੋ ਵਚਨ ਚੱਲ ਰਹੇ ਨੇ
ਇਹਦੇ ਬਾਰੇ, ਆਤਮ ਮਾਰਗ ਬਾਰੇ ਮੈਂ ਆਪਣੇ ਪ੍ਰੋਫੈਸਰ ਸਾਹਿਬ ਨੂੰ, ਦੂਸਰਿਆਂ ਪ੍ਰੇਮੀਆਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ। ਉਹ ਇਹ ਹੈ ਕਿ ਪ੍ਰੀਤ ਲੜੀ 1932-33 ਦੇ ਵਿੱਚ ਚੱਲੀ ਸੀ, ਜਦ ਮੈਂ 9ਵੀਂ 8ਵੀਂ 'ਚ ਪੜ੍ਹਦਾ ਹੁੰਦਾ। ਉਹ ਜਦੋਂ ਇਮਤਿਹਾਨ ਮੈਂ ਦੇ ਕੇ ਹਟਿਆ, ਪਹਿਲੀ ਵਾਰੀ ਮੈਂ ਪੜ੍ਹੀ, ਮੈਂ ਉਹ ਗਾਹ ਪਾਇਆ ਹੋਇਆ ਸੀ ਕਣਕ ਦਾ, ਅਤੇ ਮੈਂ ਫੜਾ ਹੱਕਦਾ ਸੀ, ਬਲਦ ਜੁੜੇ ਹੋਏ ਸੀ। ਉਹ ਜੱਟਾਂ ਦੇ ਘਰ 'ਚ ਪੜਿਆ ਬੁੜਿਆਂ ਨੂੰ ਕੋਈ ਨਹੀਂ ਦੇਖਦਾ, ਕੰਮ ਲੈਂਦੇ ਨੇ। ਉੱਥੇ ਮੈਨੂੰ ਇੱਕ ਪ੍ਰੇਮੀ ਮਿਲਿਆ, ਕਹਿੰਦਾ ਤੈਨੂੰ ਮਿਲਣਾ ਆਇਆ। ਮੈਂ ਕੀ ਗੱਲ? ਕਹਿੰਦਾ ਆਹ ਪੜ੍ਹੀ। ਮੈਂ ਉਹ ਦੇਖਿਆ ਤਾਂ ਪ੍ਰੀਤ ਲੜੀ, ਉਹਦਾ ਛਾਪਾ ਵੀ ਬਹੁਤਾ ਸੋਹਣਾ ਨਹੀਂ ਸੀ, ਗਾੜੇ ਗਾੜੇ ਜਿਹੇ ਅੱਖਰ ਛਾਪੇ ਹੋਏ, ਕਾਗਜ਼ ਵੀ ਸੋਹਣਾ ਨਹੀਂ। ਉਹ ਪੜ੍ਹਦੇ ਸੀ, ਦੁਨੀਆ ਮੁੰਡੇ ਜ਼ਿਆਦਾ ਪੜ੍ਹਦੇ ਸੀ, ਕਿਉਂਕਿ ਉਹਦੇ ਵਿੱਚ ਗੱਲਾਂ ਆਈਆਂ ਗਈਆਂ ਸੀ, ਉਹ ਉਹਨਾਂ ਨੂੰ ਖਿੱਚ ਪੈਂਦੀ ਸੀ ਉਹਨਾਂ ਗੱਲਾਂ ਨਾਲ, ਉਹ ਕੋਈ ਰੂਹਾਨੀਅਤ ਦੀ ਬਾਤ ਨਹੀਂ ਸੀ। ਉਹ 33 ਤੋਂ ਲਾ ਲਓ, 33 ਤੋਂ ਸ਼ੁਰੂ ਹੋ ਕੇ 34 ਉਹ ਲਾ ਲਓ, ਮੈਨੂੰ 34 'ਚ ਮਿਲੀ ਹੈ। 1977 ਤੱਕ ਉਹਦੀ ਬੜੀ ਚਰਚਾ ਰਹੀ ਪੰਜਾਬ ਦੇ ਸਾਹਿਤ ਵਿੱਚ, ਬੜੇ ਅਵਾਰਡ ਮਿਲੇ, ਪੜ੍ਹਨ ਵਾਲੇ ਲੜਕੇ ਪੜ੍ਹਦੇ ਰਹੇ। ਪਰ ਉਹਦੀ ਗਿਣਤੀ ਕਿੰਨੀ ਪਹੁੰਚੀ, ਕਿੰਨੇ ਸਾਲ ਹੋ ਗਏ ਸਮਝ ਲਓ ਵੀ 14-15 ਸਾਲ ਤਾਂ 47 ਤੱਕ ਹੋ ਗਏ, ਉਹ ਤਾਂ ਗਾਂ 30 ਸਾਲ ਹੋਰ। 45 ਸਾਲ ਦੇ ਵਿੱਚ 18,000 ਦੀ ਗਿਣਤੀ ਹੋਈ ਉਹਦੀ। ਇਹ ਜਿਹੜਾ ਤੁਸੀਂ ਆਵਾਜ਼ ਕੱਢੀ ਆਤਮ ਮਾਰਗ, ਇਹਦੀ 2 ਸਾਲ 2 ਮਹੀਨੇ 'ਚ 31,000 ਹੋ ਗਈ। ਔਰ ਇਹ ਸਾਲ ਦੇ ਅੰਦਰ ਤੁਹਾਡੀ ਹਿੰਮਤ ਨਾਲ 50,000 ਤੱਕ ਜਾ ਪਹੁੰਚੇਗੀ। ਇਹਦਾ ਮਤਲਬ ਹੈ ਕਿ ਅੱਜ ਤੱਕ ਪੰਜਾਬੀ ਸਾਹਿਤ ਦੇ ਵਿੱਚ ਐਸਾ ਮੈਗਜ਼ੀਨ ਕੋਈ ਨਹੀਂ ਆਇਆ ਜਿਹੜਾ ਇੰਨੀ ਰੈਪਿਡਲੀ ਵਧਣਾ ਸ਼ੁਰੂ ਹੋ ਜਾਵੇ। ਬਹੁਤ ਛੇਤੀ ਇਹ ਜਾ ਰਿਹਾ, ਹਰ ਇੱਕ ਦਾ ਇਹ ਹਰਮਨ ਪਿਆਰਾ ਹੋ ਰਿਹਾ। ਜਿਹੜਾ ਪੜ੍ਹਦਾ, ਚਿੱਠੀਆਂ ਆਉਂਦੀਆਂ ਦਫ਼ਤਰ ਜਾ ਕੇ ਪੜ੍ਹ ਲਿਓ, ਸਾਰਾ ਤਾਂ ਅਸੀਂ ਦੇ ਨਹੀਂ ਸਕਦੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਸੋ ਇਹ ਤੁਹਾਡੀ ਬੜੀ ਭਾਰੀ ਹਿੰਮਤ ਹੈ, ਕਿਉਂਕਿ ਤੁਸੀਂ ਇਹਦੇ ਵਿੱਚ ਹੱਥ ਵਟਾ ਰਹੇ ਹੋ ਸਾਰੇ। ਬਹੁਤ ਬੜੀ ਚੀਜ਼ ਮਹਾਰਾਜ ਦੇ ਹੁਕਮ ਨਾਲ ਆ ਗਈ। ਅੱਗੇ ਉਹਨੇ ਕੀ ਕਰਾਉਣਾ ਉਹ ਤੁਸੀਂ ਹੁਣ ਸੁਣਿਆ ਹੀ ਹੈ ਕਿ ਇੰਟਰਨੈਟ 'ਤੇ ਆ ਗਿਆ। ਉਹ ਇੱਥੇ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਨੇ, ਅਪਰੂਵ ਕਰਾਉਂਦੇ ਰਹਿੰਦੇ ਨੇ ਵੀ ਆਹ ਅਸੀਂ ਇੰਟਰਨੈਟ 'ਤੇ ਦੇ ਰਹੇ। ਉਹਦੇ ਕੋਡ ਨੰਬਰ ਨੇ, ਜਿਹਦੇ ਜਿਹਦੇ ਕੋਲ ਇਹਦਾ ਕੋਡ ਨੰਬਰ ਹੈ ਉਹ ਲਾ ਲੈਂਦੇ ਨੇ, ਉਹਦੇ ਕੋਲ ਛਪ ਜਾਂਦਾ ਹੈ, ਉਹਦੇ ਕੋਲ ਪ੍ਰਿੰਟਰ ਕੱਢਣਾ ਸ਼ੁਰੂ ਕਰ ਦਿੰਦਾ ਨਾਲ ਦੀ ਨਾਲ। ਆਈ ਮੈਗਜ਼ੀਨ ਉੱਥੇ ਛਪ ਜਾ, ਕੰਮ ਨਿਬੇੜ ਕੇ ਤੋਰ ਕੇ ਸਕੂਲ ਨੂੰ ਫਟਾਫਟ ਜਾਂਦੀਆਂ, ਜਾ ਕੇ ਉਹਨਾਂ ਨੂੰ ਸੈੱਟ ਕਰਦੀਆਂ, ਫਿਰ ਬੱਚਿਆਂ ਨੂੰ ਸੰਭਾਲਦੀਆਂ, ਦੂਜੀਆਂ ਬੀਬੀਆਂ ਬੱਚਿਆਂ ਨੂੰ ਸੰਭਾਲਣ ਤੋਂ ਬਾਅਦ ਫਿਰ ਜਾਂਦੀਆਂ ਨੇ ਸ਼ਾਮ ਨੂੰ ਵਾਪਸ ਆਉਂਦੀਆਂ। ਗੁਰਮੁਖ ਪਿਆਰੇ ਦਫ਼ਤਰਾਂ ਤੋਂ ਆ ਕੇ, ਫੈਕਟਰੀਆਂ ਤੋਂ ਆ ਕੇ ਰਾਤ ਨੂੰ 11 ਵਜੇ 12 ਵਜੇ 1 ਵਜੇ ਤੱਕ ਉੱਥੇ ਰਹਿੰਦੇ। ਇਹਦੇ ਇਲਾਵਾ ਸੈਂਕੜੇ ਹੀ ਸੈਂਟਰ ਖੁੱਲ੍ਹ ਗਏ ਨੇ ਉੱਥੇ, ਕਿੰਨੇ ਉਤਸ਼ਾਹ ਦੇ ਨਾਲ ਬਣ ਰਹੇ। ਬੀਬੀਆਂ ਨੇ ਖੋਲ੍ਹ ਲਏ, ਭਾਈਆਂ ਨੇ ਖੋਲ੍ਹ ਲਏ, ਘਰ ਘਰ ਜਾ ਕੇ ਮੈਗਜ਼ੀਨ ਬਣ ਗਏ ਵੀ ਸਾਡੀ ਵੀ ਸੇਵਾ ਥਾਂ ਪੈ ਜਾਵੇ। ਇਵੇਂ ਜਿਵੇਂ ਫੋਰਨ 'ਚ ਖੁੱਲ੍ਹ ਗਏ, ਅਸੀਂ ਇੱਕ ਥਾਂ ਭੇਜ ਦਿੰਦੇ ਹਾਂ, ਉਹ ਆਪ ਆਪਣੀਆਂ ਕਾਰਾਂ 'ਚ ਜਾ ਕੇ ਡਿਸਟ੍ਰੀਬਿਊਟ ਕਰਦੇ। ਕੋਈ ਕੋਈ ਕੁਦਰਤ ਵੱਲੋਂ ਬਾਤ ਹੋ ਰਹੀ ਹੈ, ਕੋਈ ਬਾਤ ਹੈ ਜਿਹੜੀ ਇਹ ਹੋਣੀ ਹੋਣੀ ਆ। ਚੜ੍ਹਦੀ ਕਲਾ ਜਾਣਾ, ਕੰਮ ਸਾਡੇ ਸਰੀਰਾਂ ਤੋਂ ਲਿਆ ਜਾ ਰਿਹਾ, ਲੇਕਿਨ ਗੁਪਤ ਹੱਥ ਗੁਰੂ ਨਾਨਕ ਪਾਤਸ਼ਾਹ ਦਾ ਇਹਦੇ ਪਿੱਛੇ ਉਹ ਕਰਾ ਰਹੇ ਨੇ। ਆਪਾਂ ਸੇਵਾ ਕਰੀ ਜਾਓ,
ਉਹਨਾਂ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਿ ਸੱਚੇ ਪਾਤਸ਼ਾਹ ਜਿਹੜਾ ਕੁਛ ਕਰਾਉਣਾ ਤੁਸੀਂ ਕਰਾਈ ਜਾਓ, ਅਸੀਂ ਤਾਂ ਅਣਜਾਣ ਬੰਦੇ। ਉਹਨਾਂ ਨੂੰ ਪਤਾ ਵੀ ਕੀ ਕਰਾਉਣਾ, ਕਿਉਂਕਿ ਮੀਡੀਆ ਜਿਹੜਾ ਸਾਡੀ ਤਾਂ ਸਮਝ 'ਚ ਨਹੀਂ ਸੀ ਆਉਂਦਾ ਵੀ ਇੰਟਰਨੈਟ ਕੀ ਹੁੰਦਾ। ਅਮੈਰੀਕਾ ਦੇ ਵਿੱਚ ਦੋ ਥਾਵਾਂ 'ਤੇ ਚੱਲਣ ਲੱਗ ਗਿਆ, ਇੰਗਲੈਂਡ ਵਾਲੇ ਵੀ ਕਰ ਰਹੇ ਨੇ, ਹੋਰ ਵੀ ਨੌਜਵਾਨ ਜਿਹੜੇ ਇਲੈਕਟ੍ਰੋਨਿਕਸ ਪੜ੍ਹੇ ਹੋਏ ਨੇ ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਵੀ ਬਾਬਾ ਜੀ ਸਾਨੂੰ ਅਲਾਊ ਕਰ ਦਿਉ, ਅਸੀਂ ਵੀ ਇਹਨੂੰ ਇੰਟਰਨੈਟ 'ਤੇ ਭੇਜਣਾ ਚਾਹੁੰਦੇ ਹਾਂ। ਅਤੇ ਕੋਈ ਕਹਿੰਦਾ ਵੀ ਅਸੀਂ ਇਹਦਾ ਇਹਨੂੰ ਰਿਕਾਰਡ ਕਰਨਾ ਚਾਹੁੰਦੇ ਹਾਂ, ਉਹ ਜਿਹੜੀ ਸਖਤ ਪਲੇਟ ਹੁੰਦੀ ਹੈ ਵੀ 200 ਸਾਲ ਦਾ ਰਿਕਾਰਡ ਪੱਕਾ ਹੋ ਜਾਏਗਾ ਇਹਦਾ ਮੈਗਜ਼ੀਨ ਦਾ। ਕੰਪਿਊਟਰ ਦੇ ਵਿੱਚ ਖਤਰਾ ਹੈ ਕਿ ਜੇ ਉਹਨੂੰ ਵਾਇਰਸ ਹੋ ਗਈ ਐਵੇਂ ਨਾ ਮਿਟ ਜਾਵੇ ਬਣੇ ਹੋਏ। ਬਹੁਤ ਪ੍ਰੇਮੀਆਂ ਦਾ ਖਿਆਲ ਹੈ ਵੀ ਇਹਦੀਆਂ ਕਿਤਾਬਾਂ ਬਣਾ ਦਈਏ, 8-8, 7-7 ਜੋੜ ਕੇ ਪੁਸਤਕਾਂ ਬਣ ਜਾਣ। ਇਹਦੇ ਵਿੱਚ ਜਿਹੜੇ ਦੇਸ਼ ਨੇ ਉਹ ਕਿਤਾਬਾਂ ਕਿਤੂਬਾਂ 'ਚ ਨਹੀਂ ਹੈ, ਉਹ ਮਹਾਤਮਾ ਨੇ ਆਪਣੇ ਜੀਵਨ ਦੇ ਅਨੁਭਵ ਦੇ ਵਿੱਚੋਂ ਬਾਹਰ ਕੱਢੇ ਨੇ। ਉਹਨਾਂ ਨੇ ਪ੍ਰਤੱਖ ਆਪਣੇ ਅੰਤਸ਼ਕਰਨ 'ਚ ਦੇਖ ਕੇ ਉਹ ਬਚਨ ਲਿਖੇ ਨੇ ਜਿਹੜੇ ਉਹਨਾਂ ਨੇ ਅਨੁਭਵ ਕਰੇ ਹੋਏ ਨੇ, ਐਵੇਂ ਨਹੀਂ ਹੈ ਇਹਦੇ 'ਚ ਕੋਈ ਗੱਲ। ਸੋ ਇਸ ਕਰਕੇ ਅਮਰ ਬਚਨ ਨੇ ਇਹ, ਜਦ ਵਾਰ ਵਾਰ ਪੜ੍ਹੋਗੇ ਤੁਹਾਨੂੰ ਵਾਰ ਵਾਰ ਉਹੀ ਸਵਾਦ ਆਏਗਾ। ਇੱਕ ਵਾਰੀ ਹੋਰ ਮਤਲਬ ਨਿਕਲੇਗਾ, ਦੂਜੀ ਵਾਰੀ ਹੋਰ, ਤੀਜੀ ਵਾਰੀ ਹੋਰ, 4 ਮਹੀਨੇ ਬਾਅਦ ਪੜ੍ਹਿਆ ਫਿਰ ਹੋਰ ਆਏਗਾ। ਉਹ ਤਾਂ ਗਿਆਨ ਵਧੀ ਜਾਂਦਾ, ਪਤਾ ਨਹੀਂ ਅਮਰ ਹੈ। ਸੋ ਇਹਦੇ ਵਿੱਚ ਜਿੰਨਾ ਹੱਥ ਬਟਾ ਹੁੰਦਾ ਤਕੜੇ ਹੋ ਕੇ ਬਟਾਓ, ਇਹਨੂੰ ਉੱਪਰ ਲੈ ਚਲੋ ਤਾਂ ਕਿ ਸੰਸਾਰ ਦਾ ਭਲਾ ਹੋਵੇ। ਅਜੇ ਮੈਂ ਬੀਬੀ ਨੂੰ ਕਿਹਾ ਸੀ, ਮਲਹੋਤਰਾ ਜੀ ਨੂੰ, ਵੀ ਜੇ 10,000 ਰੁਪਈਆ ਵੀ ਦੇਣਾ ਪੈਂਦਾ ਮਹੀਨੇ ਦਾ, ਦੇ ਦਿਉ ਤੁਸੀਂ, ਟਰਾਂਸਲੇਟਰ ਲੈ ਲਓ, ਸੱਚ ਉਹ ਟਰਾਂਸਲੇਟਰ ਲਓ ਜਿਹੜਾ ਵੇਦਾਂ ਦੇ ਗਿਆਨ ਨੂੰ ਜਾਣਦਾ ਹੋਵੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਟਰਮੀਨੋਲੋਜੀ ਨੂੰ ਸਮਝਦਾ ਹੋਵੇ, ਜਿਹੜਾ ਕੁਰਾਨ ਸ਼ਰੀਫ ਦੀ ਟਰਮੀਨੋਲੋਜੀ ਸਮਝਦਾ ਹੋਵੇ, ਕਿਉਂਕਿ ਇਹਦੇ ਵਿੱਚ ਬਹੁਤ ਕੁਛ ਹੈ। ਗੁਰੂ ਗ੍ਰੰਥ ਸਾਹਿਬ ਅਸੀਂ ਤਾਂ ਉਹੀ ਪੜ੍ਹੀ ਜਾਂਦੇ ਹਾਂ, ਅਖੰਡ ਪਾਠ ਕਰੀ ਜਾਂਦੇ ਹਾਂ। ਇਹਦੇ 'ਚ ਤਾਂ ਇਹ ਜਿਹਨੇ ਹੁਣ ਪ੍ਰਭ ਜੀ ਤੂੰ ਮੇਰੇ ਪਲਾਨ ਉਧਾਰ ਹੈ, ਕਿੰਨੇ ਘੰਟੇ ਹੋ ਗਏ ਬੋਲਦੇ ਹਨ, ਕੋਈ ਬੁੱਕਣ 'ਚ ਨਹੀਂ ਆਉਂਦਾ, ਕੋਈ ਕਿਤਾਬ ਤਾਂ ਨਹੀਂ ਮੇਰੀ ਲਿਖੀ ਹੋਈ, ਅੰਦਰੋਂ ਗੱਲਾਂ ਆਈ ਜਾਂਦੀਆਂ, ਮੈਂ ਬੋਲੀ ਜਾਂਦਾ। ਖਬਰਾਂ ਕਿੱਡਾ ਕੁ ਹੈ ਉਧਾਰ ਜਿਹੜੀ ਬਾਤ ਹੋ ਰਹੀ। ਸਵਾਮੀ ਜੀ ਲੱਗੇ ਲਿਖਣ, ਟੈਲੀਫੋਨ ਆ ਗਿਆ, ਕਹਿੰਦੇ ਅਰੇ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨਹੀਂ ਲਿਖ ਸਕਦਾ, ਕਿਉਂਕਿ ਇਸਦਾ ਤਾਂ ਇੱਕ ਇੱਕ ਅੱਖਰ ਫਲਾਸਫੀ ਹੈ, ਪਰ ਇੰਨੀ ਡੀਪ ਫਲਾਸਫੀ ਹੈ, ਜਿੰਨਾ ਡੀਪ ਜਾਊਂਗੇ ਗਾਂ ਫੇਰ ਉਦੋਂ ਗਾਂ ਉੱਥੇ ਤੱਕ ਚਲੇ ਗਏ, ਉਦੋਂ ਗਾਂ ਫੇਰ। ਕਹਿੰਦੇ ਕੌਣ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਭਾਸ਼ ਲਿਖ ਦੂਗਾ, ਪਤਾ ਨਹੀਂ ਇਹ ਬਾਣੀ ਧੁਰਦੀ ਹੋਣ ਕਰਕੇ ਇਨਫਿਨਿਟੀ ਹੈ, ਇਹਦੀ ਵਿਆਖਿਆ ਨਿੱਤ ਨਵੀਂ ਹੈ, ਪੁਰਾਣੀ ਕਦੇ ਨਹੀਂ ਹੁੰਦੀ। ਰੋਜ਼ ਸੁਖਨੀ ਸਾਹਿਬ ਪੜ੍ਹੀ ਜਾਓ, ਕਦੇ ਨਹੀਂ ਪੁਰਾਣਾ ਹੁੰਦਾ, ਰੋਜ਼ ਨਵਾਂ ਅਨੁਭਵ, ਨਵੀਂ ਬਾਤ। ਰੋਜ਼ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਤੁਹਾਡੇ 'ਤੇ ਬੜੀ ਕਿਰਪਾ ਕਰੀ ਹੈ, ਸਾਰਿਆਂ ਨੂੰ ਲਾਇਆ ਹੋਇਆ ਇਸ ਮਾਰਗ ਦੇ ਉੱਤੇ। ਆ ਮੈਨੂੰ ਦੱਸਦੇ ਸੀ ਲਟੌਰ ਦੇ ਸਰਪੰਚ, ਕਹਿੰਦੇ ਗੱਡੀ ਦੇ ਉੱਤੇ ਆਤਮ ਮਾਰਗ ਲਿਖਿਆ ਹੋਇਆ ਮੇਰਾ, ਉੱਥੇ ਮੈਂ ਗੱਡੀ ਠੀਕ ਕਰਾਵਾਂ ਸਰੰਭ। ਕਹਿੰਦੇ ਉਹ ਕਾਂਗਰਸ ਦਾ ਜਿਹੜਾ ਜ਼ਿਲ੍ਹੇ ਦਾ ਪ੍ਰੈਜੀਡੈਂਟ ਆ ਉਹਨੇ ਪੜ੍ਹ ਲਿਆ, ਹਰਬੰਸ ਲਾਲ ਨਾਲ ਦੱਸਿਆ, ਕਹਿੰਦੇ ਉਹਨੇ ਆਪਣਾ ਬੰਦਾ ਭੇਜਿਆ ਵੀ ਉਹ ਜਿਹੜਾ ਗੱਡੀ ਠੀਕ ਕਰਾਉਂਦਾ ਨਾ ਉਹਨੂੰ ਮੇਰੇ ਕੋਲ ਲੈ ਕੇ ਆ। ਕਹਿੰਦਾ ਮੈਨੂੰ ਬੁਲਾ ਲਿਆ, ਕਹਿੰਦਾ ਮੈਂ ਕਿਹਾ ਵੀ ਜੀ ਮੈਂ ਰਤਵਾੜਾ ਸਾਹਿਬ ਦਾ ਰਹਿਣ ਵਾਲਾ ਨਹੀਂ, ਮੇਰਾ ਤਾਂ ਪਿੰਡ ਲਟੌਰ ਹੈ, ਸਰਪੰਚ ਹਾਂ ਮੈਂ। ਅਰੇ ਭਾਈ, ਕਹਿੰਦਾ ਚਾਹੇ ਸਰਪੰਚ ਹੈ ਚਾਹੇ ਕੁਛ ਹੈ, ਤੇਰੀ ਗੱਡੀ ਦੇ ਉੱਤੇ ਆਤਮ ਮਾਰਗ ਲਿਖਿਆ ਹੋਇਆ, ਆਤਮ ਮਾਰਗ ਨੂੰ ਦੇਖ ਕੇ ਸਾਡਾ ਕਹਿੰਦਾ ਸਿਰ ਝੁਕ ਜਾਂਦਾ।
ਇਹ ਕਹਿੰਦਾ ਮੈਂ ਤਾਂ ਵੰਡਦਾ, ਮੈਂ ਲੈ ਆਉਣਾ ਉੱਥੋਂ ਇੱਥੇ ਪਿੰਡਾਂ 'ਚ ਗੱਡੀ ਲੈ ਕੇ ਵੰਡੇ ਆਉਣਾ। ਇਹ ਕਹਿੰਦਾ ਤੂੰ ਤਾਂ ਬਹੁਤ ਬੜਾ ਕਾਰਜ ਕਰਦਾ। ਕਹਿੰਦਾ ਦੋ ਵਾਰੀ ਤਾਂ ਮੈਨੂੰ ਚਾਹ ਪਿਲਾਈ, ਫਿਰ ਖਿਲਾਇਆ ਕੁਛ, ਜਾਣ ਨਾ ਦੇਵੇ। ਕਹਿੰਦਾ ਮੇਰਾ ਜੀ ਲੱਗਦਾ ਇਹੋ ਜਿਹੀ ਸੋਹਣੀ ਚੀਜ਼ ਤੁਸੀਂ ਕੱਢ ਦਿੱਤੀ। ਹਰ ਬੰਦੇ ਨੂੰ ਕਹਿੰਦੇ ਅਪੀਲ ਕਰਦੀ ਆ, ਹਰ ਬੰਦੇ ਨੂੰ ਖਿੱਚਦੀ ਹੈ। ਤੋ ਇਹ ਸਾਧਸੰਗਤ ਦੀ, ਸਾਧਸੰਗਤ ਦੀ ਬੜੀ ਭਾਰੀ ਹਿੰਮਤ ਹੈ। ਗੁਰੂ ਮਹਾਰਾਜ ਦਾ ਇਹ ਜੋ ਸੰਦੇਸ਼ ਹੈ ਇਹ ਆਪਾਂ ਸੰਸਾਰ ਦੇ ਉੱਤੇ ਕਨਵੇ ਕਰ ਰਹੇ ਹਾਂ। ਮਹਾਰਾਜ ਕਿਰਪਾ ਕਰ।